ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ ਅਣਖ ਮਰੇ ਤਾਂ ਕੌਮ ਵੀ ਮਰ ਜਾਂਦੀ ਕੁਰਬਾਨੀਆਂ ਤੇ ਅਣਖ ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ ਅਣਖ ਮਰੇ ਤਾਂ ਕੌਮ ਵੀ ਮਰ ਜਾਂਦੀ ਉਸ ਕੌਮ ਨੂੰ ਸਦਾ ਇਤਿਹਾਸ ਪੂਜੇ ਦੁੱਖ ਹੱਸ ਕੇ ਕੌਮ ਜੋ ਜਰ ਜਾਂਦੀ ਦੁੱਖ ਹੱਸ ਕੇ ਕੌਮ ਜੋ ਜਰ ਜਾਂਦੀ ਸਾਡੇ ਸ਼ਹੀਦਾਂ ਨੂੰ ਖਾਸ ਤੌਰ ਤੇ 1984 ਦੇ ਸ਼ਹੀਦਾਂ ਨੂੰ ਸਿੰਘਾਂ ਸਿੰਘਣੀਆਂ ਨੂੰ ਬੱਚਿਆਂ ਨੂੰ ਕੋਟਿਮ ਕੋਟਿਮ ਪ੍ਰਣਾਮ ਕਰਦਾ ਹੋਇਆ ਮੈਂ ਜਗਤਾਰ ਸਿੰਘ ਜੱਗੀ ਹਾਜ਼ਰ ਹਾਂ ਜੀ ਅੱਜ ਦਾ ਲਾਈਵ ਸ਼ੋਅ ਲੈ ਕੇ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹਾਏ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਅਤੇ ਨਾਲ ਦੀ ਨਾਲ ਫਤਿਹ ਕਰਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਰਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਜਿਵੇਂ ਸਾਡੇ ਦਰਸ਼ਕਾਂ ਨਾਲ ਮੈਂ ਵਾਅਦਾ ਕੀਤਾ ਸੀ ਕਿ ਅੱਜ ਦਾ ਦਿਨ ਰਾਖਵਾਂ ਅਸੀਂ ਰੱਖਾਂਗੇ ਜੀ ਸਾਡੇ ਦਰਸ਼ਕਾਂ ਨਾਲ ਮੈਂ ਵਾਅਦਾ 1984 ਦੀਆਂ ਕੋਈ ਵੀ ਯਾਦਾਂ ਚੰਗੀਆਂ ਮਾੜੀਆਂ ਸਾਂਝੀਆਂ ਕਰਨੀਆਂ ਚਾਹੁੰਦੇ ਸਾਡੇ ਦਰਸ਼ਕ ਚੰਗੀਆਂ ਖਾਸ ਤੌਰ 'ਤੇ ਪਰਸੋਂ ਦੀ ਗੱਲ ਕਰੀਏ ਤਾਂ ਉਹ ਪਰਸੋਂ ਧੀਰ ਸਾਹਿਬ ਦੀ ਗੱਲ ਮੈਨੂੰ ਵਿੱਚੋਂ ਕੱਟਣੀ ਪਈ ਵੀ ਤਾਂ ਕਿ ਅਸੀਂ ਉਦਣ ਥੋੜ੍ਹਾ ਜਿਹਾ ਵਿਸ਼ਾ ਹੋਰ ਸੀ ਪਰ ਅੱਜ ਸਾਡਾ ਵਿਸ਼ਾ ਜਿਹੜਾ ਹੋਏਗਾ ਜੀ ਇਹੀ ਹੋਏਗਾ ਕਿ ਇੱਕ ਤਾਂ 1984 ਦੀ ਕੋਈ ਗੱਲ ਕਰਨੀ ਚਾਹੁੰਦੇ ਖਾਸ ਤੌਰ 'ਤੇ ਇਤਿਹਾਸ ਦੀ ਜਾਣਕਾਰੀ ਤਾਂ ਦੇ ਹੀ ਰਹੇ ਸਾਰੇ ਅਸੀਂ ਵੀ ਸਾਡੇ ਵੀ ਚੈਨਲ 'ਤੇ 1 ਤਰੀਕ ਤੋਂ ਚੱਲ ਰਹੇ ਪ੍ਰੋਗਰਾਮ ਲਗਾਤਾਰ ਅੱਜ ਵੀ ਸਾਡੇ ਦਰਸ਼ਕਾਂ ਨੇ ਦੇਖਿਆ ਭਾਈ ਮਹਿਲ ਸਿੰਘ ਜਿਹੜੇ ਸੀ ਉਹਨਾਂ ਦੇ ਪੁੱਤਰ ਉਦੋਂ 10-11 ਸਾਲ ਦੇ ਸੀਗੇ ਜਦੋਂ ਉਹਨਾਂ ਨੇ ਸ਼ਹੀਦੀ ਪਾਈ ਹੈ 1984 ਦੇ ਵਿੱਚ ਉਹਨਾਂ ਨੇ ਵੀ ਬਹੁਤ ਸਾਰੀਆਂ ਗੱਲਾਂ ਦੱਸੀਆਂ ਪਰ ਫਿਰ ਵੀ ਕਈ ਐਸੀਆਂ ਗੱਲਾਂ ਹੁੰਦੀਆਂ ਨੇ ਜੀ ਐਸੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿ ਸਾਡੇ ਦਰਸ਼ਕਾਂ ਨੂੰ ਨਹੀਂ ਪਤਾ ਲੇਕਿਨ ਕੁਝ ਸਾਡੇ ਦਰਸ਼ਕਾਂ ਨੂੰ ਪਤਾ ਹੁੰਦੀਆਂ ਉਹਨਾਂ ਨਾਲ ਬੀਤੀਆਂ ਹੁੰਦੀਆਂ ਵਾਪਰੀਆਂ ਹੁੰਦੀਆਂ ਉਹ ਸਾਂਝੀਆਂ ਕਰ ਸਕਦੇ ਹੋ ਅੱਜ ਅਤੇ ਨਾਲ ਦੀ ਨਾਲ ਇੱਕ ਮੈਂ ਸਾਡੇ ਦਰਸ਼ਕਾਂ ਵਾਸਤੇ ਹੋਰ ਜਿਹੜੀ ਗੱਲ ਖਾਸ ਤੌਰ 'ਤੇ ਜਿੱਥੇ ਅਸੀਂ 1984 ਦੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਉਹਨਾਂ ਨੂੰ ਕੋਟਮ ਕੋਟ ਪ੍ਰਣਾਮ ਕਰ ਰਹੇ ਹਾਂ ਉੱਥੇ ਨਾਲ ਮੈਂ ਅੱਜ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਜਿੱਥੇ ਇਹਨਾਂ ਸ਼ਹੀਦਾਂ ਨੇ ਸਾਡੀ ਕੌਮ ਦੀ ਸੇਵਾ ਕੀਤੀ ਆਪਣੀਆਂ ਜਾਨਾਂ ਦੇ ਕੇ ਕੁਰਬਾਨੀਆਂ ਦੇ ਕੇ ਅਤੇ ਉੱਥੇ ਹੀ ਇੱਕ ਹੋਰ ਸਾਡੀ ਕੌਮ ਦੇ ਸੇਵਾਦਾਰ ਜਿਹਨਾਂ ਨੇ ਕੌਮ ਦੀ ਬੜੀ ਸੇਵਾ ਕੀਤੀ ਹੈ ਲੇਖਕ ਸੀਗੇ ਬਹੁਤ ਵਧੀਆ ਸਮਾਜ ਸੇਵੀ ਸੀਗੇ ਅਤੇ ਨਾਲ ਦੀ ਨਾਲ ਉਹ ਵਾਤਾਵਰਨ ਪ੍ਰੇਮੀ ਵੀ ਸੀਗੇ ਕੱਲ੍ਹ ਦੇ ਪ੍ਰੋਗਰਾਮ ਵਿੱਚ ਜ਼ਿਕਰ ਕੀਤਾ ਸੀਗਾ ਪ੍ਰੋਫੈਸਰ ਗੁਰਵਿੰਦਰ ਸਿੰਘ ਧਾਲੀਵਾਲ ਨੇ ਉਹਨਾਂ ਦਾ ਭਗਤ ਪੂਰਨ ਸਿੰਘ ਜੀ ਦੀ ਉਹਨਾਂ ਨੇ ਇੱਕ ਚਿੱਠੀ ਪੜ੍ਹ ਕੇ ਸੁਣਾਈ ਸੀ ਅਤੇ ਭਗਤ ਪੂਰਨ ਸਿੰਘ ਜੀ ਦਾ ਅੱਜ ਜਨਮ ਦਿਨ ਹੈ ਜੀ ਸੋ ਐਸੀ ਮਹਾਨ ਹਸਤੀ ਦਾ ਜਨਮਦਿਨ ਹੋਵੇ ਅਤੇ ਉਹਨਾਂ ਨੂੰ ਯਾਦ ਨਾ ਕਰੀਏ ਤਾਂ ਇਹ ਕਿਵੇਂ ਹੋ ਸਕਦਾ 4 ਜੂਨ 1904 ਨੂੰ ਇਹਨਾਂ ਦਾ ਰਾਜੇਵਾਲ ਲੁਧਿਆਣੇ ਦੇ ਵਿੱਚ ਕਹਿੰਦੇ ਜਨਮ ਹੋਇਆ ਸੀਗਾ ਜੀ ਲੁਧਿਆਣੇ ਵਿੱਚ ਜਨਮ ਹੋਇਆ ਸੀਗਾ ਇਹਨਾਂ ਦਾ ਇੱਕ ਹਿੰਦੂ ਪਰਿਵਾਰ ਦੇ ਵਿੱਚ ਰਾਮਜੀ ਦਾਸ ਇਹਨਾਂ ਦਾ ਬਚਪਨ ਦਾ ਨਾਮ ਸੀਗਾ ਪਰ ਬਹੁਤ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਨੇ ਕਹਿੰਦੇ ਵੀ ਸਿੱਖੀ ਕੌਮ ਤੋਂ ਪ੍ਰਭਾਵਿਤ ਹੋ ਕੇ ਅਤੇ ਸਿੱਖੀ ਸਰੂਪ ਵੱਲ ਹੋ ਗਏ ਸੀਗੇ ਅਤੇ ਸੇਵਾ ਜਿਹੜੀ ਇਹਨਾਂ ਨੇ ਸ਼ੁਰੂ ਕਰਤੀ ਸੀ ਬਿਲਕੁਲ ਵਿਲੱਖਣ ਕੰਮ ਪੜ੍ਹਾਈ ਲਿਖਾਈ ਤੋਂ ਬਾਅਦ ਸ਼ੁਰੂ ਜਿਹੜਾ ਕੀਤਾ ਸੀ 1947 ਦੇ ਵਿੱਚ ਇਹਨਾਂ ਨੇ ਪਿੰਗਲਵਾੜਾ ਦੀ ਸਥਾਪਨਾ ਕੀਤੀ ਸੀਗੀ ਅਤੇ 1947 ਦੇ ਵਿੱਚ ਪਹਿਲੀ ਵਾਰ ਕੁਝ ਕੁ ਪੇਸ਼ੈਂਟ ਸੀਗੇ ਉਹਨਾਂ ਦੇ ਨਾਲ ਸ਼ੁਰੂਆਤ ਕੀਤੀ ਸਾਡੇ ਦਰਸ਼ਕਾਂ ਨੂੰ ਪਤਾ ਹੋਏਗਾ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਅੰਮ੍ਰਿਤਸਰ ਦੀ ਇੱਕ ਗਲੀ ਦੇ ਵਿੱਚ ਕੀਤੀ ਸ਼ੁਰੂਆਤ ਉਸ ਤੋਂ ਬਾਅਦ ਇਹਨਾਂ ਦੀ ਸੇਵਾ ਅਸੀਂ ਬਿਲਕੁਲ ਜਾਣਦੇ ਹਾਂ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀ ਜਾਣਦੇ ਇਹਨਾਂ ਦੀ ਸੇਵਾ ਨੂੰ ਬਹੁਤ ਸਾਰੇ ਪੰਜਾਬੀਆਂ ਨੇ ਇਹਨਾਂ ਨੂੰ ਦੇਖਿਆ ਵੀ ਹੋਊਗਾ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਜਦੋਂ ਅਸੀਂ ਹਰਿਮੰਦਰ ਸਾਹਿਬ ਜਾਂਦੇ ਸੀ ਤਾਂ ਉੱਥੇ ਇਹਨਾਂ ਦੀ ਇੱਕ ਪਾਸੇ ਜਗ੍ਹਾ ਹੁੰਦੀ ਸੀ ਉੱਥੇ ਮਿਲਦੇ ਸੀਗੇ ਮੈਨੂੰ ਵੀ ਯਾਦ ਆ ਅਸੀਂ ਵੀ ਛੋਟੇ ਛੋਟੇ ਹੁੰਦੇ ਅਸੀਂ ਜੋ ਗਏ ਹਾਂ ਇਹਨਾਂ ਦੇ ਦਰਸ਼ਨ ਕੀਤੇ ਨੇ ਔਰ 5 ਅਗਸਤ 1992 ਨੂੰ 92 ਦੀ ਗੱਲ ਕਰੀਏ ਤਾਂ ਕੋਈ ਬੜੀ ਪੁਰਾਣੀ ਗੱਲ ਨਹੀਂ ਹੈਗੀ 1992 ਦੇ ਵਿੱਚ ਇਹ ਅਕਾਲ ਚਲਾਣ ਕਰ ਗਏ ਸੀਗੇ 5 ਅਪ੍ਰੈਲ 1992 ਲਗਭਗ 88 ਸਾਲ ਦੀ ਉਮਰ ਅਸੀਂ ਕਹਿ ਸਕਦੇ ਹੋ ਤਾਂ ਇਹਨਾਂ ਦੀ ਸੀਗੀ ਸੋ ਅੱਜ ਦਾ ਪ੍ਰੋਗਰਾਮ ਇਹਨਾਂ ਨੂੰ ਵੀ ਸਮਰਪਿਤ ਹੋਏਗਾ ਸਮਰਪਿਤ ਤੋਂ ਭਾਵ ਇਹ ਹੈ ਜਿੱਥੇ ਸੰਤਾਂ ਦੀ ਗੱਲ ਕਰੀਏ ਸੰਤਾਂ ਨੇ ਬਹੁਤ ਵੱਡੀ ਕੁਰਬਾਨੀ ਦੇ ਕੇ ਸਾਡੀ ਕੌਮ ਦੀ ਸੇਵਾ ਕੀਤੀ ਹੈ ਕੌਮ ਨੂੰ ਇੱਕ ਬੁਲੰਦੀਆਂ 'ਤੇ ਪਹੁੰਚਾਇਆ 84 ਦੇ ਸ਼ਹੀਦਾਂ ਨੇ ਆਪਣੀਆਂ ਸ਼ਹੀਦੀਆਂ ਦੇ ਕੇ ਸਾਡੀ ਕੌਮ ਨੂੰ ਬੁਲੰਦੀ 'ਤੇ ਪਹੁੰਚਾਇਆ ਉੱਥੇ ਹੀ ਇਸ ਮਹਾਨ ਸ਼ਖਸੀਅਤ ਨੇ ਵੀ ਸਾਡੀ ਕੌਮ ਦੀ ਪੰਜਾਬੀਆਂ ਦੀ ਬੜੀ ਸੇਵਾ ਕੀਤੀ ਇੱਕ ਵੱਖਰੀ ਤਰ੍ਹਾਂ ਦੀ ਪਿਰਤ ਪਾਈ ਹੈ ਮੈਂ ਕਹਿੰਦਾ ਵੀ ਸਿਆਣੇ ਵੀ ਕਹਿੰਦੇ ਵੀ ਜਦੋਂ ਕੋਈ ਵਾਹਣ ਹੋਵੇ ਖੇਤ ਦਾ ਤਾਂ ਉਹਦੇ ਵਿੱਚ ਦੀ ਪਹਿਲਾ ਗੱਡਾ ਲਗਾਉਣਾ ਔਖਾ ਹੁੰਦਾ ਪਹਿਲਾ ਗੱਡਾ ਲੰਘ ਜਾਂਦਾ ਉਦੋਂ ਬਾਅਦ ਪਾਇਆ ਬਣ ਜਾਂਦਾ ਰਾਹ ਬਣ ਜਾਂਦਾ ਉਦੋਂ ਬਾਅਦ ਫਿਰ ਸਾਰੇ ਉੱਥੋਂ ਲੰਘੀ ਜਾਂਦੇ ਆ ਆਈ ਜਾਂਦੇ ਜਾਈ ਜਾਂਦੇ ਆ ਸੋ ਸੇਵਾ ਦੀ ਪਿਰਤ ਜਿਹੜੀ ਮੈਂ ਸਮਝਦਾ ਉਹ ਪਾਈ ਆ ਵੈਸੇ ਤਾਂ ਸ਼ੁਰੂ ਤੋਂ ਅਗਰ ਗੱਲ ਕਰੀਏ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਸੇਵਾ ਦੀ ਪਿਰਤ ਹੈਗੀ ਆ ਪਰ ਅਸੀਂ ਅਗਰ ਆਮ ਗੱਲ ਕਰੀਏ ਤਾਂ ਉਹ ਭਗਤ ਪੂਰਨ ਸਿੰਘ ਜੀ ਹੁਣਾਂ ਨੇ
1947 के पहला पिंगड़वाला स्थापित किया। सो अज का प्रोग्राम सेवा नूं भी समर्पित होएगा जी, तो नाल दी नाल 84 के शहीदों नूं भी समर्पित होएगा। अगली गल करन तों पहला मैं चाहुंदा एक फिल्म आई सी ए जन्म तुम्हारे लेखे, बहुत ही वधिया फिल्म भगत पूर्ण सिंह जी ते बनाई गई सी। पवन मल्होत्रा ने इहदे च किरदार अदा कीता सी भगत पूर्ण सिंह जी दा, और बहुत समा लग्या सी उहनां नूं भगत पूर्ण सिंह जी नूं फॉलो करदे आ। भगत पूर्ण सिंह जी दे जो हाव भाव सी, जो उहनां दा गल करन दा लहजा सी, उहनूं अपनाउण दे विच बड़ा समा लग्या सी। बहुत लंबे समय बाद इहदी शूटिंग हुई सीगी। सो मैं समझदा जी इस महान हस्ती जिहड़ी साडी हैगी आ जी, सेवा दे पुंज असीं कह सकदे हां, नाल दी नाल समाज सेवी, लेखक बहुत वधिया ते वातावरण दे बहुत प्रेमी सीगे। 1984 जिहड़ा हैगा ਉਹ ਵੀ ਉਹਨਾਂ ਨੇ ਉੱਥੇ ਆਪਣੇ ਪਿੰਡੇ 'ਤੇ ਹੰਡਾਇਆ ਹਰਿਮੰਦਰ ਸਾਹਿਬ ਦੇ ਵਿੱਚ, ਅਤੇ 1947 ਦੀ ਅਗਰ ਗੱਲ ਕਰੀ ਤਾਂ 1947 ਦੇ ਵਿੱਚ ਵੀ ਉਹਨਾਂ ਨੇ ਪਿੰਗਲਵਾੜੇ ਦੀ ਸ਼ੁਰੂਆਤ ਕੀਤੀ ਸੀ, ਅਤੇ 1947 ਵੀ ਉਹਨਾਂ ਨੇ ਆਪਣੀ ਅੱਖੀਂ ਦੇਖਿਆ ਅਤੇ ਆਪਣੇ ਪਿੰਡੇ 'ਤੇ ਹੰਡਾਇਆ। ਮੇਰੇ ਖਿਆਲ ਆ ਵੀ ਬਹੁਤ ਸਾਰੇ ਸਾਡੇ ਦਰਸ਼ਕ ਜਿਹੜੇ ਹੈਗੇ ਉਹਨਾਂ ਨੇ ਵੀ ਜ਼ਰੂਰ ਭਗਤ ਪੂਰਨ ਸਿੰਘ ਜੀ ਦੇ ਦਰਸ਼ਨ ਕੀਤੇ ਹੋਣਗੇ। ਔਰ ਕਮਾਲ ਦੀ ਗੱਲ, ਅਸੀਂ ਖਾਸ ਤੌਰ 'ਤੇ ਜ਼ਿਕਰ ਕਰਦੇ ਹੁੰਦੇ ਹਾਂ ਵੀ ਸਾਡੇ ਕੋਈ ਘਰ ਦਾ ਮੈਂਬਰ ਸਕਾ ਆਪਣਾ ਖੂਨ ਜਿਹੜਾ ਹੁੰਦਾ ਬਲੱਡ ਰਿਲੇਸ਼ਨ ਦੇ ਵਿੱਚੋਂ ਵੀ ਕਈ ਐਸੇ ਸਾਡੇ ਘਰ ਦੇ ਵਿੱਚ ਕੋਈ ਬੰਦਾ ਹੁੰਦਾ, ਬਜ਼ੁਰਗ ਹੁੰਦਾ, ਅਤੇ ਜਦੋਂ ਮਾੜਾ ਮੋਟਾ ਢਿੱਲਾ ਮੱਠਾ ਪੈ ਜਾਂਦਾ, ਈਵਨ ਇਹ ਤਾਂ ਬਹੁਤ ਵੱਡੀ ਗੱਲ ਹੈ, ਉਹ ਤਾਂ ਕੋਰਟ ਚੱਲਿਆ ਹੋਇਆ ਲੋਕ ਜਿਹੜੇ ਸੀ ਉਹਨਾਂ ਨੂੰ ਵੀ ਲਿਆ ਕੇ ਆਪਣੇ ਹੱਥੀਂ ਚੱਕ ਕੇ ਲਿਆਉਂਦੇ ਸੀਗੇ। ਅਤੇ ਸਾਡੇ ਘਰ ਤਾਂ ਹੁਣ ਕਈ ਵਾਰੀ ਪਿੰਡਾਂ 'ਚ ਇਹ ਹੋ ਜਾਂਦੀ ਸੀ ਗੱਲ, ਪਿੰਡਾਂ 'ਚ ਕਹਿ ਲਓ, ਸ਼ਹਿਰਾਂ 'ਚ ਕਹਿ ਲਓ, ਕਈ ਕਈ ਘਰਾਂ ਦੇ ਵਿੱਚ ਤਾਂ ਜੇ ਬਜ਼ੁਰਗ ਨੂੰ ਖੰਘ ਵੀ ਲੱਗ ਜਾਂਦੀ ਹੈ ਅਤੇ ਉਹ ਵੀ ਘਰ ਦੇ ਕੋਈ ਨਾ ਕੋਈ ਤਾਨਾ ਮੀਣਾ ਲੰਘਦੇ ਵੀ ਮਾਰ ਦਿੰਦੇ ਵੀ ਇਹ ਹੁਣ ਖੰਘਦਾ ਰਹਿੰਦਾ 24 ਘੰਟੇ, ਨਾ ਕਿਸੇ ਪਾਸੇ ਲੱਗਦਾ ਅਤੇ ਨਾ ਸਾਨੂੰ ਕੁਛ ਕਰਨ ਦਿੰਦਾ। ਈਵਨ ਖੰਘ ਵੀ ਜੇ ਕਿਸੇ ਬਜ਼ੁਰਗ ਨੂੰ ਹੋ ਜਾਂਦੀ ਹੈ, ਅਤੇ ਬਾਕੀ ਜੇ ਕੋਈ ਉੱਦਾਂ ਬਿਮਾਰ ਠਮਾਰ ਹੋ ਜਾਂਦਾ ਜ਼ਿਆਦਾ, ਉਹ ਅਸੀਂ ਬਹੁਤ ਵਾਰੀ ਦੇਖਿਆ ਉਹਨਾਂ ਦਾ ਕੀ ਹਾਲ ਹੁੰਦਾ, ਉਹਨਾਂ ਨੂੰ ਕਿੰਨਾ ਕੁ ਪੁੱਛਦੇ ਦੱਸਦੇ ਨੇ, ਬਹੁਤ ਸਾਰੇ ਘਰਾਂ ਦੇ ਲੋਕ ਬਿਲਕੁਲ ਨਹੀਂ ਪੁੱਛਦੇ। ਸੋ ਇਹ ਇਦੋਂ ਵੱਡੀ ਗੱਲ ਕੀ ਹੋ ਸਕਦੀ ਹੈ ਜੀ, ਕਿ ਅਸੀਂ ਜਿੱਥੇ ਆਪਣੇ ਖਾਸ ਬਲੱਡ ਰਿਲੇਸ਼ਨ ਸਾਡੇ ਖੂਨ ਦੇ ਵਿੱਚੋਂ, ਸਾਡਾ ਖੂਨ ਇੱਕ ਸਾਰਿਆਂ ਦਾ ਹੋਣ ਦੇ ਬਾਵਜੂਦ ਵੀ ਅਸੀਂ ਉਹਨਾਂ ਰਿਸ਼ਤਿਆਂ ਦਾ ਪੂਰਾ ਧਿਆਨ ਨਹੀਂ ਰੱਖਦੇ, ਮਾੜੇ ਮੋਟੇ ਢਿੱਲੇ ਮੁੱਠੇ ਹੋਣ 'ਤੇ ਵੀ ਜ਼ਿਆਦਾ ਬਿਮਾਰ ਹੋ ਜਾਂਦੇ ਆ ਅਤੇ ਉਹਨਾਂ ਨੂੰ ਅਸੀਂ ਹਸਪਤਾਲ ਛੱਡ ਦਿੰਦੇ ਹਾਂ ਮੁੜ ਕੇ, ਜਾਂ ਕਿਤੇ ਨਾ ਕਿਤੇ ਬਜ਼ੁਰਗ ਆਸ਼ਰਮ ਜਿਹੜਾ ਹੈਗਾ ਬਿਰਧ ਆਸ਼ਰਮ ਉਹਨਾਂ ਵਿੱਚ ਛੱਡ ਦਿੰਦੇ ਹਾਂ। ਅਤੇ ਕਿੱਥੇ ਇੱਕ ਇਹ ਭਗਤ ਪੂਰਨ ਸਿੰਘ ਜੀ ਹੋਏ ਆ ਜਿਨ੍ਹਾਂ ਨੇ ਏਡੀ ਵੱਡੀ ਸੇਵਾ ਕੀਤੀ ਆ, ਔਰ ਏਡਾ ਵੱਡਾ ਪੁੰਨ ਦਾ ਕੰਮ ਕਹਿ ਲਓ, ਏਡੀ ਵੱਡੀ ਸੇਵਾ ਮੈਂ ਨਹੀਂ ਸਮਝਦਾ ਮਨੁੱਖਤਾ ਦੇ ਵਿੱਚ ਕਰਦੇ ਹੋਣਗੇ। ਉਸ ਤੋਂ ਬਾਅਦ ਬਹੁਤ ਸਾਰੇ ਲੋਕ ਅੱਜ ਕੱਲ੍ਹ ਜਿਹੜੇ ਹੈਗੇ ਨੇ, ਅਸੀਂ ਜ਼ਿਆਦਾਤਰ ਦੇਖੇ ਆ ਸੇਵਾ ਵਾਲੇ ਲੋਕ ਜਿਹੜੇ ਹੈਗੇ ਨੇ, ਸੰਸਥਾਵਾਂ ਬਣੀਆਂ ਨੇ, ਜ਼ਿਆਦਾਤਰ ਤਾਂ ਫਿਰ ਆਪਣੀ ਸੇਵਾ ਹੀ ਕਰਦੇ ਆ, ਲੋਕਾਂ ਦੀ ਸੇਵਾ ਘੱਟ ਹੀ ਕਰਦੇ, ਪਰ ਇੱਕ ਜਿੰਦੀ ਜਾਗਦੀ ਮਿਸਾਲ ਜਿਹੜੀ ਹੈ ਭਗਤ ਪੂਰਨ ਸਿੰਘ ਜੀ ਆ, ਉਹ ਰਹਿੰਦੀ ਦੁਨੀਆ ਤੱਕ ਜ਼ਿੰਦਾ ਰਹੇਗੀ, ਉਹਨਾਂ ਦੀ ਸੇਵਾ ਰਹਿੰਦੀ ਦੁਨੀਆ ਤੱਕ ਜ਼ਿੰਦਾ ਰਹੇਗੀ। ਸੋ ਇੱਕ ਤਾਂ ਮੈਂ ਇਹ ਚਾਹਾਂਗਾ ਸਾਡੇ ਦਰਸ਼ਕਾਂ ਕੋਲੋਂ ਵੀ ਕੋਈ ਉਹਨਾਂ ਨਾਲ ਯਾਦ ਤਾਜ਼ਾ ਹੋਵੇ, ਕਿਤੇ ਗਏ ਆਏ ਹੋਵੋ, ਕਿਤੇ ਮਿਲੇ ਮਿਲਾਏ ਹੋਵੋ, ਕਿਤੇ ਦੋ ਗੱਲਾਂ ਹੋਈਆਂ ਹੋਣ ਕਿਸੇ ਤਰੀਕੇ ਨਾਲ, ਉਹ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰੋ। ਅਤੇ ਦੂਜੀ ਗੱਲ ਜਿਹੜੀ ਅਸੀਂ ਕਰਦੇ ਸੀ 84 ਦੀ, 84 ਵਾਲਿਆ ਇੱਕ ਐਸਾ ਘੱਲੂਘਾਰਾ, ਔਰ ਮੈਂ ਤਾਂ ਕਹਿੰਦਾ ਵੀ ਜਿਵੇਂ ਕਹਿੰਦੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਅਤੇ ਪੰਜਾਬ ਦੇ ਵਿੱਚ ਤਾਂ ਕੋਈ ਨਾ ਕੋਈ ਇਹੋ ਜਿਹਾ ਆਇਆ ਹੀ ਰਹਿੰਦਾ, ਆਇਆ ਰਹਿੰਦਾ ਜਾਂ ਕਿਉਂ ਪਾਇਆ ਜਾਂਦਾ, ਪਾਈ ਦਿੰਦੇ ਪੰਜਾਬ ਦੇ ਸਿਰ 'ਤੇ ਕੁਛ ਨਾ ਕੁਛ ਇਹੋ ਜਿਹਾ, ਤਾਂ ਕਿ ਪੰਜਾਬ ਸਿਰ ਨਾ ਚੱਕ ਸਕੇ। ਲੇਕਿਨ ਪੰਜਾਬ ਮੇਰੇ ਖਿਆਲ ਇੱਕੋ ਇੱਕ ਸਟੇਟ ਹੈਗੀ ਆ ਇੰਡੀਆ ਦੀ ਕਿ ਜਿਹਦੇ ਵਿੱਚ ਜਿਹੜੇ ਜਿੰਨੀ ਵਾਰੀ ਵੀ ਇਹਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਆ, ਉਨੀ ਵਾਰ ਹੀ ਇਹ ਪੂਰਾ ਉੱਭਰ ਕੇ ਸਾਹਮਣੇ ਆਇਆ, ਉਨੀ ਵਾਰ ਹੀ ਪੂਰੀ ਦੁਨੀਆ ਦੇ ਵਿੱਚ ਫਿਰ ਪੰਜਾਬ ਛਾਇਆ। ਅਤੇ ਨਾਲ ਦੀ ਨਾਲ ਅਸੀਂ ਬ੍ਰੇਕ ਇੱਕ ਲਵਾਂਗੇ, ਪਰ ਬ੍ਰੇਕ ਤੋਂ ਪਹਿਲਾਂ ਮੈਂ ਦੱਸ ਦੇਵਾਂ ਸਾਡੇ ਦਰਸ਼ਕਾਂ ਨੂੰ ਕਿ ਬ੍ਰੇਕ ਤੋਂ ਬਾਅਦ ਅਸੀਂ ਜਿਹੜੀਆਂ ਕਾਲਾਂ ਲਵਾਂਗੇ ਅਤੇ ਉਹਦੇ 'ਚ ਜਿਵੇਂ ਕਿ 1984 ਦੀ ਕੋਈ ਗੱਲ ਖਾਸ ਤੌਰ 'ਤੇ ਮੈਂ ਇਹ ਚਾਹੁੰਦਾ ਹੁੰਦਾ ਵੀ ਤੁਹਾਡੇ ਕਿਸੇ, ਕਿਉਂਕਿ ਹਰਿਮੰਦਰ ਸਾਹਿਬ ਉਹਨਾਂ ਦਿਨਾਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਚੱਲ ਰਿਹਾ ਸੀਗਾ, ਤਾਂ ਬਹੁਤ ਸਾਰੇ ਸਾਡੇ ਭੈਣ ਭਰਾ ਗਏ ਹੋਣਗੇ ਪੰਜਾਬ 'ਚੋਂ ਵੀ, ਜਾਂ ਕਿਤੇ ਉੱਥੇ ਗਏ ਹੋਣਗੇ ਹਰਿਮੰਦਰ ਸਾਹਿਬ ਉਸ ਸਮੇਂ ਹਰਿਮੰਦਰ ਸਾਹਿਬ ਦੇ ਵਿੱਚ ਹੋਣਗੇ। ਪਰ ਮੈਂ ਜਿਹੜੀ ਮੇਰੀ ਜਿੰਨੀ ਕੁ ਯਾਦ ਸਾਂਝੀ ਕਰਦਾ, ਮੈਂ ਉਹ ਕਰਦਾ ਕਿ ਅਸੀਂ 1984 ਦੇ ਚੰਡੀਗੜ੍ਹ ਦੇ ਵਿੱਚ ਸੀਗੇ, ਅਤੇ ਅਸੀਂ ਉਸੇ ਦਿਨ ਲਗਭਗ 3 ਜੂਨ ਨੂੰ ਅਸੀਂ ਸ਼ਿਫਟ ਕੀਤਾ ਸੀ ਘਰ। ਸਮਾਨ ਸਮੂਨ ਲਿਆਂਦਾ ਨਹੀਂ ਸੀ ਕੋਈ ਵੀ, ਚਲੋ ਨਵੇਂ ਘਰ ਜਾ ਕੇ ਕਾਹਨੂੰ ਇੱਥੋਂ ਚੱਕੀ ਜਾਣਾ, ਭਾਰਤ ਦੂਜੇ ਘਰ ਜਾ ਕੇ ਕਿਰਾਏ 'ਤੇ ਜਿੱਥੇ ਰਹਿਣਾ ਚੰਡੀਗੜ੍ਹ ਉੱਥੇ ਲਵਾਂਗੇ। ਅਤੇ ਪਰ ਉਦੋਂ ਇੱਕਦਮ ਕਰਫਿਊ ਲੱਗ ਗਿਆ ਸੀ, ਅਤੇ 4 ਸਫੇਰਿਓਂ ਹੀ ਕੱਟ ਆਊਟ ਕਰ ਦਿੱਤਾ ਗਿਆ ਸੀ ਪੰਜਾਬ ਨੂੰ, ਟੋਟਲ ਹੀ ਕੋਈ ਕਿਸੇ ਤਰ੍ਹਾਂ ਦਾ ਸੂਸਾ ਬਾਹਰ ਨਹੀਂ। ਅੱਛਾ, ਉਦੋਂ ਬਾਅਦ ਜਦੋਂ ਆਇਆ ਇਹ, ਮਤਲਬ ਗੱਲਾਂ ਇਹੋ ਜਿਹਾ ਜਿਹੜੀਆਂ ਸਾਹਮਣੇ ਆਈਆਂ,
वह उ आईया जो समय दरकार चाहदियां सी जां कुछ लोग चाहते सी अपने फायदे वास्ते। सो कोई भी तुहाडी जानकारी दे हित गल हो बजुर्ग अपने गल करते हुण तां इह साडे दर्शकां नाल जरूर सांझी करो। पर फिलहाल एक ब्रेक लैणी आ, देखते रहो जस पंजाबी। हाजर है जी, ब्रेक तो बाद एक बार फिर गल चल रही है जी 84 दी, ते नाल नाल भगत पूर्ण सिंह जी दी गल चल रही है। और मेरे ख्याल दे विच जिवें कि उत्थे हरिमंदर साहब दे विच ही सीगे उह, ते श्रोमणी कमेटी ने शायद कोई मदद की हो, मैनू नहीं ध्यान, या किसी सरकार ने उन्हां दी हैल्प मदद की होवे किसी तरह की। चलो कुछ भी है, जो भी गल्लां पता तुसीं करनियां चाहुंदे हो, अज दा प्रोग्राम समर्पित रहेगा साडा 84 नूं ते नाल दी नाल भगत पूर्ण सिंह जी। ਕਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਜੀ, ਨਾਲ ਨਾਲ ਸਾਡੇ ਗੁਰਮੇਲ ਸਿੰਘ ਜੀ ਧੀਰ ਸਾਹਿਬ ਜੁੜੇ ਹੋਏ ਨੇ। ਧੀਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ। ਹਾਂ ਜੀ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਮੈਂ ਉਦਣ ਵਾਸਤੇ ਮੁਆਫੀ ਚਾਹੁੰਦਾ, ਮੈਂ ਫਿਰ ਇੱਦਾਂ ਮੈਸੇਜ ਕੱਟਦਾ ਨਹੀਂ ਹੁੰਦਾ ਫੋਨ ਛੇਤੀ, ਪਰ ਫਿਰ ਮੈਂ ਕਿਹਾ ਵੀ ਆਪਾਂ ਅੱਜ ਡਿਟੇਲ ਦੇ ਵਿੱਚ ਗੱਲ ਕਰ ਸਕਦੇ ਹਾਂ। ਹਾਂਜੀ, ਮੈਂ ਕਿਹਾ ਪਰਸੋਂ ਬੁੱਧਵਾਰ ਦੀ ਗੱਲ ਆ, ਮੈਂ ਫੋਨ ਤੁਹਾਡਾ ਕੱਟਿਆ ਸੀ ਵੀ ਚਲੋ ਆਪਾਂ ਗੱਲ ਬਾਅਦ 'ਚ ਕਰਾਂਗੇ ਅੱਜ। ਦੂਜੇ ਪਾਸੇ ਬਿਲਕੁਲ ਸਾਹਮਣੇ ਕੁਲਿਆਰ, ਉੱਥੇ ਸਾਡੀ ਜ਼ਮੀਨ ਹੁੰਦੀ ਸੀ। ਲੁਧਿਆਣੇ ਜਿਹੜੇ ਪੈਂਦਾ ਜੀ, ਲੁਧਿਆਣੇ ਜਿਹੜੇ ਧੀਰ ਸਾਹਿਬ, ਇਹ ਮੈਂ ਤੁਹਾਨੂੰ ਦੱਸਦਾ, ਰਾਜੇਵਾਲ ਪਿੰਡ ਜਦੋਂ ਸਮਰਾਲਾ ਤਹਿਸੀਲ 'ਚ ਪੈਂਦਾ। ਅੱਛਾ ਜੀ, ਲੁਧਿਆਣਾ ਜ਼ਿਲ੍ਹਾ ਜੀ। ਇਹ ਜਦੋਂ ਜਿਹੜੀ ਸੜਕ ਮਾਛੀਵਾੜੇ ਤੋਂ ਸਮਰਾਲਾ ਹੁੰਦੀ ਹੋਈ ਖੰਨੇ ਨੂੰ ਜਾਂਦੀ ਆ, ਇਹ ਸਮਰਾਲੇ ਤੋਂ 3 ਕਿਲੋਮੀਟਰ ਖੰਨੇ ਵਾਲੀ ਸਾਈਡ 'ਤੇ, ਸਾਊਥ ਸਾਈਡ ਦੇ ਉੱਤੇ ਰਾਜੇਵਾਲ ਪਿੰਡ ਆ ਜੀ ਜੀ, ਉੱਥੇ ਪਿੰਡ ਆ। ਉੱਥੇ ਇਹਨਾਂ ਦਾ ਜਨਮ 1904 ਦੇ ਵਿੱਚ ਹੋਇਆ ਸੀ ਜੀ। ਉਸ ਤੋਂ ਬਾਅਦ ਇਹ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਚਲੇ ਗਏ ਸੀ ਜਦੋਂ 35-40 ਸਾਲ ਦੇ ਹੋਏ। ਅੱਛਾ ਜੀ, ਉੱਥੇ ਜਾ ਕੇ ਇਹਨਾਂ ਨੇ ਕੋਈ, ਜਦੋਂ ਡੇਰਾ ਸਾਹਿਬ ਗੁਰਦੁਆਰੇ ਦੇ ਵਿੱਚ ਉੱਥੇ ਸੇਵਾ ਕਰਿਆ ਕਰਦੇ ਸੀ ਜੀ, ਤਾਂ ਬਾਹਰ ਕੋਈ ਇੱਕ ਬੱਚਾ ਛੱਡ ਗਿਆ, ਛੋਟਾ ਉਮਰ ਦਾ, ਜਿਹਦਾ ਜਿਹੜਾ ਪਿੰਗਲਾ ਸੀ, ਉਹਨੇ ਇਹਨਾਂ ਦਾ ਨਾਮ ਪਿਆਰਾ ਸਿੰਘ ਰੱਖਿਆ। ਅੱਛਾ ਜੀ, ਅੱਛਾ। ਤੇ ਕਈ ਵਾਰੀ ਪਿਆਰ ਨਾਲ ਪਿਆਰ ਵੀ ਕਹਿੰਦੇ ਸੀ, ਪਿਆਰ ਸਿੰਘ, ਪਿਆਰਾ ਸਿੰਘ। ਉਸ ਬੱਚੇ ਦੇ ਕਰਕੇ ਹੀ ਪਿੰਗਲ ਵਾਲਾ ਇਹਨਾਂ ਨੇ ਸ਼ੁਰੂ ਕੀਤਾ ਜੀ। ਉਸ ਨੂੰ ਬਹੁਤ ਪਿਆਰ ਕਰਦੇ ਸੀ, ਚੰਗੀ ਤਰ੍ਹਾਂ ਪਾਲਦੇ ਪੋਸਦੇ ਸੀ, ਉਹਨੂੰ ਨਲਾਉਂਦੇ ਸੀ, ਸਾਰਾ ਕੁਛ ਕਰਦੇ ਸੀ। ਫਿਰ 1947 ਆ ਗਿਆ, ਫਿਰ ਅੰਮ੍ਰਿਤਸਰ ਆ ਕੇ ਇਹਨਾਂ ਨੇ ਆਪਣਾ ਸੜਕ ਦੇ ਉੱਤੇ ਸਭ ਤੋਂ ਪਹਿਲਾਂ ਇਹ ਕੰਮ ਸ਼ੁਰੂ ਕੀਤਾ, ਇੱਕ ਦਰਖਤ ਦੇ ਥੱਲੇ ਬੈਠ ਕੇ ਜੀ। ਤੇ ਫਿਰ ਤੁਸੀਂ ਦੇਖੋ ਇਹ ਕਦੇ ਕਾਰ 'ਚ ਨਹੀਂ ਸੀ ਜਾਂਦੇ, ਕਿਉਂਕਿ ਇਹ ਕਲੀਨ ਇਨਵਾਇਰਮੈਂਟ, ਵਾਤਾਵਰਨ ਪਸੰਦ ਕਰਦੇ ਸੀ ਜੀ, ਬਿਲਕੁਲ। ਜ਼ਿਆਦਾ ਕਦੀ ਸਾਈਕਲ ਤੇ ਜਾਣਾ ਜਾਂ ਤੁਰ ਕੇ ਜਾਣਾ ਇਹਨਾਂ ਨੇ ਜੀ, ਜਿੱਥੇ ਵੀ ਕਿਤੇ ਜਾਂਦੇ ਸੀ, ਚਾਹੇ 40-40 ਮੀਲ ਜਾਣਾ ਉੱਥੇ ਵੀ ਸਾਈਕਲ ਤੇ ਚਲੇ ਜਾਣਾ ਜੀ। ਸੋ ਇਹਨਾਂ ਦਾ ਰੁਟੀਨ ਹੁੰਦਾ ਸੀ। ਅੱਜ ਬਹੁਤ ਬਹੁਤ ਮੁਬਾਰਕਾਂ। ਤੇ ਮੈਂ ਅੱਜ ਰੇਡੀਓ ਸੁਣ ਰਿਹਾ ਸੀ ਜੀ, ਬੜਾ ਮੈਨੂੰ ਦੁੱਖ ਵੀ ਹੋਇਆ ਸੁਣ ਕੇ। ਇੱਕ ਸਟੂਡੈਂਟ 20 ਸਾਲ ਦਾ ਕੈਨੇਡਾ ਆਇਆ ਹੋਇਆ, ਉਹ ਕਹਿੰਦਾ ਜੀ ਮੈਂ 1984 ਬਾਰੇ ਕੈਨੇਡਾ ਆ ਕੇ ਮੈਨੂੰ ਪਤਾ ਲੱਗਿਆ, ਇੰਡੀਆ 'ਚ ਕਦੇ ਕੋਈ ਗੱਲ ਨਹੀਂ ਕਰਦਾ। ਇਹ ਹੁਣ ਕਿੰਨੀ ਉਮਰ ਉਹਦੀ? ਹੁਣ ਉਹਦੀ ਉਮਰ 21 ਸਾਲ ਦਾ। ਹੁਣ 21 ਸਾਲ ਦਾ ਮਤਲਬ ਕਹਿਣ ਦਾ, ਅਤੇ ਉਹ ਜਦੋਂ ਇੰਡੀਆ ਸੀ, ਕਿਸੇ ਨੇ ਪੇਰੈਂਟਸ ਨੇ ਕਿਸੇ ਨੇ ਆਸੇ ਪਾਸੇ, ਉਦੋਂ ਬਾਅਦ ਮਤਲਬ 1984 ਜੂਨ ਦੇ ਮਹੀਨੇ ਜਦੋਂ ਆਉਂਦਾ ਉਦੋਂ ਤਾਂ ਆਪਣੇ। ਅੱਛਾ, ਆਪਾਂ ਜਿਵੇਂ ਧੀਰ ਸਾਹਿਬ ਇੱਧਰ ਕਰ ਰਹੇ ਹਾਂ, ਸਾਰੇ ਕਰ ਰਹੇ, ਮਤਲਬ ਗੁਰੂ ਘਰਾਂ ਦੇ ਵਿੱਚ ਵੀ ਕਾਫੀ ਜਗ੍ਹਾ ਯਾਦ ਕੀਤਾ ਜਾ ਰਿਹਾ, ਅਤੇ ਮੈਂ ਭਾਰਤ ਦੇ ਵਿੱਚ ਮੈਂ ਨਹੀਂ ਸੁਣਿਆ ਕੋਈ ਕਿਤੇ ਇਸ ਤਰ੍ਹਾਂ ਦੇ ਬਾਹਲੇ ਵੱਡੇ ਕੋਈ ਸਮਾਗਮ ਹੋ ਰਹੇ ਹੋਣਗੇ। ਕਿੱਥੇ ਕਰਨ ਦਿੰਦੇ ਆ ਜੀ, ਉਹ ਤਾਂ ਜੇ ਕਿਤੇ ਪਿੰਡਰਾਂ ਵਾਲੇ ਦੀ ਤੁਸੀਂ ਸੰਤਾਂ ਦੀ ਜੈਕਟੀ ਪਾਈ ਹੋਵੇ ਤੁਹਾਨੂੰ ਫੜ ਕੇ ਜੇਲ੍ਹ 'ਚ ਰੱਖ ਦਿੰਦੇ ਨੇ। ਹਾਂ, ਬਹੁਤ ਬੁਰਾ ਹਾਲ ਹੈ ਜੀ। ਉਹ ਤਾਂ ਤੁਹਾਨੂੰ ਉਸੇ ਵੇਲੇ ਅੱਤਵਾਦੀ। ਸੋ ਕਿਵੇਂ ਕਿਵੇਂ ਇਤਿਹਾਸ ਸਾਹਿਬ ਹੋਏਗਾ ਜੀ ਸਾਡਾ, ਜੇ ਇਹ ਹਾਲ ਆ ਸਾਡੇ ਪੰਜਾਬ ਦਾ ਇਹ ਹਾਲ ਆ, ਤੇ ਸਾਡਾ ਇਤਿਹਾਸ ਕਿਵੇਂ ਸਾਹਿਬ ਹੋਊ? ਇੱਥੇ 2 ਹਫ਼ਤੇ ਪਹਿਲਾਂ ਸਾਡੇ ਕੈਮਲੂਪਸ ਦੇ ਵਿੱਚ, BC ਦੇ ਵਿੱਚ 215 ਬੱਚਿਆਂ ਦੀਆਂ, ਜਿਹੜੇ ਨੇਟਿਵ ਇੰਡੀਅਨ ਸੀ, ਮੂਲਵਾਦੀ ਜਿਹੜੇ ਲੋਕ ਸੀ, ਉਹਨਾਂ ਦੀਆਂ ਸੇਂਟ ਕੈਥੋਲਿਕ ਸਕੂਲ ਦੇ ਥੱਲੇ ਜਿਹੜੀਆਂ ਲਾਸ਼ਾਂ ਲੱਭੀਆਂ ਨੇ ਬੱਚਿਆਂ ਦੀਆਂ। ਹਾਂਜੀ ਹਾਂਜੀ ਹਾਂਜੀ, ਕੰਕਾਲ ਲੱਭੇ ਨੇ। ਹਾਂਜੀ, ਹੁਣ ਉਹ ਕੀ ਰੌਲਾ ਸੀ, ਉਹ ਕੀ ਸੀਗਾ ਜੀ, ਉਹ ਕੀ ਸੀਗਾ, ਉਹਦੇ ਪਿੱਛੇ ਕੀ ਹੈਗਾ ਸਾਰਾ ਕੁਛ? ਉਸ ਜ਼ਮਾਨੇ 'ਚ ਜੀ ਦੇਖੋ, ਵੈਸੇ ਤਾਂ ਅਜੇ ਵੀ ਇਹਨਾਂ ਦੇ ਜਿਹੜੇ ਨੇਟਿਵ ਇੰਡੀਅਨ ਨੇ, ਇਹਨਾਂ ਨੂੰ ਅਬਰੀਜਨਲ ਵੀ
ਸਾਫ ਨਹੀਂ ਮਿਲਿਆ ਉਦੋਂ ਵੀ ਇਹੀ ਹਾਲ ਸੀ ਇਹਨਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਸੀ ਇਹਨਾਂ ਦੀ ਨਸਲ ਖੁਸ਼ੀ ਕੀਤੀ ਗਈ ਜਿਵੇਂ ਸਾਡੇ ਪੰਜਾਬ ਚ ਸਾਡੀ ਜੀ ਜੀ ਅੱਛਾ ਜੂਨ ਦੇ ਵਿੱਚ ਵੀ ਤੇ ਨਵੰਬਰ 1984 ਦੇ ਵਿੱਚ ਆਪਣੀ ਹੋਈ ਹਾਂ ਜੀ ਅੱਛਾ ਉਹਨਾਂ ਦੀ ਵੀ ਇਸੇ ਤਰ੍ਹਾਂ ਕੀਤੀ ਗਈ ਉਹ ਇਸੇ ਤਰ੍ਹਾਂ ਹੁਣ ਕਿਹੜੇ ਕਿੰਨੀ ਕੁ ਪੁਰਾਣੀ ਗੱਲ ਹੋਏਗੀ ਧੀਰ ਸਾਹਿਬ ਕਿੰਨੀ ਕੁ ਪੁਰਾਣੀ ਗੱਲ ਹੋਏਗੀ ਮੈਂ ਵੀ ਇਹ ਸੋਚ ਰਿਹਾ ਸੀ ਮੈਂ ਧੀਰ ਸਾਹਿਬ ਨੂੰ ਪੁੱਛੂੰਗਾ ਕਿੰਨੀ ਕੁ ਪੁਰਾਣੀ ਗੱਲ ਹੋਏਗੀ ਉਸ ਚੀਜ਼ ਨੂੰ 1869 ਤੋਂ ਲੈ ਕੇ 1990 ਤੱਕ ਚੱਲਦਾ ਰਿਹਾ ਹਾਂਜੀ ਦੇਖ ਲਓ ਤੁਸੀਂ 1990 ਕਿੰਨੀ ਕੁ ਦੂਰ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਅੱਛਾ ਸਾਡੇ ਪੰਜਾਬ ਦੇ ਵਿੱਚ ਵੀ ਇਹੀ ਕੁਛ ਹੋ ਰਿਹਾ ਉੱਥੇ ਤੁਸੀਂ ਦੇਖੋ ਜਿਹੜੇ ਹੁਣ ਇੰਗਲਿਸ਼ ਸਕੂਲ ਖੋਲੇ ਜਾ ਰਹੇ ਨੇ ਜੀ ਅਸੀਂ ਆਮ ਪਬਲਿਕ ਆਪਣੀ ਗਵਰਨਮੈਂਟ ਦੇ ਸਕੂਲਾਂ 'ਚ ਪੜ੍ਹਿਆ ਕਿ ਸਾਨੂੰ ਇੰਗਲਿਸ਼ ਨਹੀਂ ਆਉਂਦੀ ਮੈਨੂੰ ਹਿੰਦੀ ਵੀ ਆਉਂਦੀ ਆ ਪੰਜਾਬੀ ਵੀ ਆਉਂਦੀ ਆ ਹੋਰ ਵੀ ਪੜ੍ਹਿਆ ਸਬਜੈਕਟ ਤੇ ਹੁਣ ਉੱਥੇ ਦੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਤੇ ਸਾਡੇ ਹੀ ਸਕੂਲਾਂ ਦੇ ਵਿੱਚ ਪੰਜਾਬ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਨਹੀਂ ਬੋਲਣ ਦਿੰਦੇ ਬਿਲਕੁਲ ਜੁਰਮਾਨਾ ਹੁੰਦਾ ਜੀ ਕਈ ਸਕੂਲਾਂ ਦੇ ਵਿੱਚ ਤਾਂ ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਨਾ ਉਹਨਾਂ ਦੀ ਤੁਸੀਂ ਬੋਲੀ ਖਤਮ ਕਰ ਦਿਓ ਬਿਲਕੁਲ ਜੀ ਬਿਲਕੁਲ ਉਹ ਲੱਗੇ ਹੋਏ ਨੇ ਜੀ ਧੜਾ ਧੜ ਤੇ ਬਾਕੀ ਪਰਮਾਤਮਾ ਮਿਹਰ ਕਰੇ ਤੇ ਪੰਜਾਬੀ ਜਿਹੜੇ ਅਵੇਅਰ ਰਹਿਣ ਜਾਗਣ ਤਾਂ ਹੀ ਸੂਤ ਆਉਣਾ ਕੰਮ ਹਾਂਜੀ ਉੱਥੇ ਤਾਂ ਦੇਖੋ ਹੁਣ ਮੈਂ ਜੂਨ 1984 ਦੀ ਗੱਲ ਕਰਨ ਲੱਗਿਆ ਇਹ ਸਭ ਤੋਂ ਵੱਡਾ ਘੱਲੂਘਾਰਾ ਹੋਇਆ ਪਹਿਲੇ ਦੋ ਘੱਲੂਘਾਰੇ ਤਾਂ ਬਹੁਤ ਛੋਟੇ ਇਹਨਾਂ ਦੇ ਵਿੱਚ ਪਹਿਲਾਂ ਤਾਂ ਜੀ 5000 ਸੰਗਤਾਂ ਨੂੰ ਸ਼ਹੀਦੀ ਦਿਨ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਦੋਂ 5000 ਸੰਗਤਾਂ ਨੂੰ ਸ਼ਹੀਦ ਕਰਤਾ ਗਿਆ ਤੇ ਛੋਟੇ ਛੋਟੇ ਬੱਚਿਆਂ ਨੂੰ ਵੀ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਬਾਕੀ ਲੋਕਾਂ ਨੂੰ ਜਿਹੜੇ ਟੀਨੇਜਰ ਸੀ ਉਹਨਾਂ ਨੂੰ ਉਹਨਾਂ ਦੀਆਂ ਪੱਗਾਂ ਨਾਲ ਪਿੱਛੇ ਬੰਨ ਕੇ ਹੱਥ ਉਹਨਾਂ ਦੇ ਮੱਥਿਆਂ ਵਿੱਚ ਗੋਲੀਆਂ ਮਾਰੀਆਂ ਗਈਆਂ ਅੱਤ ਦੀ ਗਰਮੀ ਤੇ ਕਿਸੇ ਨੂੰ ਪਾਣੀ ਨੀ ਪੀਣ ਦਿੱਤਾ ਗਿਆ ਉਹਨਾਂ ਲੋਕਾਂ ਦਾ ਦੇਖੋ ਕੀ ਕਸੂਰ ਸੀ 20 ਲੱਖ ਫੌਜ ਪੰਜਾਬ ਦੇ ਉੱਤੇ ਚਾੜ ਛੱਡੀ ਇੰਨੀ ਫੌਜ ਤਾਂ ਜੱਗੀ ਜੀ ਨਾ ਪਾਕਿਸਤਾਨ ਦੇ ਉੱਤੇ ਅਟੈਕ ਕਰਨ ਵੇਲੇ ਲਾਈ ਗਈ ਨਾ ਚੀਨ ਦੇ ਉੱਤੇ ਅਟੈਕ ਕਰਨ ਵੇਲੇ ਲਾਈ ਗਈ ਜਿੰਨੀ ਸਾਡੇ ਪੰਜਾਬ ਤੇ ਲਾਈ ਗਈ ਬਿਲਕੁਲ ਬਿਲਕੁਲ ਜੀ ਸਾਰਾ ਕੁਛ ਬੰਦ ਕਰ ਦਿੱਤਾ ਗਿਆ ਅਸੀਂ ਤਾਂ ਆਪ ਸਾਰਾ ਕੁਛ ਇੱਥੇ ਕੈਨੇਡਾ ਦੇ ਵਿੱਚ ਅਸੀਂ BBC ਲੰਡਨ ਸੁਣਦੇ ਸੀ ਜਾਂ ਅਮੈਰੀਕਨ ਸੈਟੇਲਾਈਟ ਰਾਹੀਂ ਸਾਨੂੰ ਖ਼ਬਰਾਂ ਆਉਂਦੀਆਂ ਸੀ ਹਾਂਜੀ ਇੰਡੀਆ ਦੀ ਕੋਈ ਖ਼ਬਰ ਨਹੀਂ ਆਉਂਦੀ ਸੀ ਇੰਡੀਆ ਵਿੱਚ ਕੋਈ ਖ਼ਬਰ ਨਹੀਂ ਸੀ ਕਿਸੇ ਮੀਡੀਆ ਦੀ ਉੱਥੇ ਟੈਲੀਫੋਨ ਵੀ ਬੰਦ ਸੀ ਕਰਕੇ ਦੇਖਦੇ ਸੀ ਟੈਲੀਫੋਨ ਬੰਦ ਸੀ ਸਾਰਾ ਮੀਡੀਆ ਬਾਹਰ ਕੱਢ ਦਿੱਤਾ ਗਿਆ ਵਿਦੇਸ਼ੀ ਪੱਤਰਕਾਰ ਬਾਹਰ ਕੱਢ ਦਿੱਤੇ ਗਏ ਜਿਸ ਤਰ੍ਹਾਂ ਇੱਕ ਕੋਈ ਮੁਸਲਮਾਨ ਤਾਂ ਨਹੀਂ ਦੁਸ਼ਮਣ ਕੰਟਰੀ ਨੂੰ ਉੱਥੇ ਹਮਲਾ ਕੀਤਾ ਜਾਂਦਾ ਉਸ ਤਰ੍ਹਾਂ ਸਾਡੇ ਨਾਲ ਕੀਤਾ ਗਿਆ ਫਿਰ ਦੇਖੋ ਤੁਸੀਂ ਦਰਿਆਵਾਂ ਦੇ ਉੱਤੇ ਜਦੋਂ ਇਹ ਸਾਰਾ ਕੁਛ ਹੋਇਆ ਬਲੂ ਸਟਾਰ ਹੋਇਆ ਲੋਕੀ ਘਰਾਂ ਤੋਂ ਚੱਲ ਪਏ ਟਰੈਕਟਰਾਂ ਟਰਾਲੀਆਂ 'ਚ ਚੱਲ ਪਏ ਤਾਂ ਉਹ ਸਤਲੁਜ ਦਰਿਆ ਤੇ ਕਿੰਨੇ ਸਿੱਖ ਮਾਰੇ ਗਏ ਬਿਆਸ ਤੇ ਕਿੰਨੇ ਮਾਰੇ ਗਏ ਨਦੀਆਂ ਦੇ ਵਿੱਚ ਕਿੰਨੇ ਮਾਰੇ ਗਏ ਓਪਰੇਸ਼ਨ ਬਲੂ ਸਟਾਰ ਤਾਂ ਸਰਕਾਰ ਨੇ ਨਾਮ ਦਿੱਤਾ ਸੀ ਇਹਨਾਂ ਨੂੰ ਹਾਂਜੀ ਓਪਰੇਸ਼ਨ ਬਲੂ ਸਟਾਰ ਸਰਕਾਰ ਨੇ ਨਾਮ ਦਿੱਤਾ ਸੀ ਨਾ ਸਰਕਾਰ ਨੇ ਨਾਮ ਦਿੱਤਾ ਸੀ ਅਕਾਲ ਤਖ਼ਤ ਦੀ ਤਬਾਹੀ ਹਰਿਮੰਦਰ ਸਾਹਿਬ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਫਿਰ 11,000 ਫੌਜੀ ਸਾਡੇ ਬੈਰਕਾਂ ਦੇ ਵਿੱਚੋਂ ਭੱਜੇ ਉਸ ਵੇਲੇ ਕੀ ਨਹੀਂ ਹੋਇਆ ਦੱਸੋ ਜੀ ਅੱਛਾ ਧੀਰ ਸਾਹਿਬ ਥੋੜ੍ਹੀ ਜਿਹੀ ਆਪਾਂ ਡੇਟ ਵਾਈਜ਼ ਹੈਗੀ ਜਾਣਕਾਰੀ ਕੋਈ ਤਰੀਕ ਵਾਈਜ਼ ਵੀ ਅੱਜ ਵੀ 4 ਤਰੀਕ ਹੈਗੀ ਵੀ 4 ਤਰੀਕ ਨੂੰ ਕਿਸ ਤਰ੍ਹਾਂ ਦਾ ਮਾਹੌਲ ਸੀ ਇਹ ਤਾਂ ਵੈਸੇ ਐਕਚੁਅਲੀ 1 ਜੂਨ 1984 ਨੂੰ ਉੱਥੇ ਫੌਜ ਆ ਗਈ ਸੀ 1 ਜੂਨ ਨੂੰ ਗੋਲੀ ਵੀ ਚੱਲੀ 1 ਜੂਨ ਨੂੰ ਹਾਂਜੀ ਸੀਆਰਪੀ ਨੂੰ ਹਟਾ ਕੇ ਫੌਜ ਲਾਤੀ ਸੀ ਇਹ ਸ਼ੁਰੂ ਕਦੋਂ ਹੋਇਆ 13 ਅਪ੍ਰੈਲ 1978 ਨੂੰ ਹਾਂਜੀ ਜਦੋਂ ਅੰਮ੍ਰਿਤਸਰ ਦੇ ਵਿੱਚ ਨਿਰੰਕਾਰੀਆਂ ਤੋਂ ਸ਼ੁਰੂ ਹੋਇਆ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਿਲਾਫ ਉਹ ਭੰਡੀ ਪ੍ਰਚਾਰ ਕੀਤਾ ਅਸੀਂ ਦੇਖੋ ਜੱਗੀ ਜੀ ਆਪਾਂ ਕਦੇ ਕਿਸੇ ਦੇ ਧਰਮ ਦੇ ਵਿੱਚ ਦਖਲ ਨਹੀਂ ਦਿੰਦੇ ਮੈਂ ਸਾਰੇ ਧਰਮਾਂ ਦੀ ਇੱਜ਼ਤ ਕਰਦਾ ਤੁਸੀਂ ਵੀ ਕਰਦੇ ਹੋ ਕਦੇ ਕਿਸੇ ਦੇ ਅਸੀਂ ਪੈਗੰਬਰ ਨੂੰ ਅਵਤਾਰ ਨੂੰ ਪੀਰ ਨੂੰ ਔਲੀਏ ਨੂੰ ਅਸੀਂ ਕਦੇ ਮੰਦਾ ਨਹੀਂ ਆਖਿਆ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਹਨਾਂ ਨੇ ਸਾਰੀ ਹਿੰਦੁਸਤਾਨ ਦੇ ਲਈ ਸਾਰਾ ਬੰਸ ਕੁਰਬਾਨ ਕਰ ਦਿੱਤਾ ਉਹਨਾਂ ਦੇ ਉੱਤੇ ਕਿਉਂ ਹਰ ਵੇਲੇ ਇਹ ਜਿਹੇ ਇਲਜ਼ਾਮ ਲਾਉਂਦੇ ਰਹਿੰਦੇ ਨੇ ਕਦੇ ਕੁਛ ਕਰਦੇ ਆ ਕਦੇ ਕੁਛ ਕਰਦੇ ਨੇ ਕੀ ਉਹਨਾਂ ਨੇ ਗੁਨਾਹ ਕੀਤਾ ਜੀ ਉਹਨਾਂ ਨੇ ਤਾਂ ਆਪਣਾ ਕੁਛ ਛੱਡਿਆ ਹੀ ਨਹੀਂ ਬੀਬੀ ਉਹਨਾਂ ਦੀ ਭੂਆ ਬੀਰੋ ਜੀ ਦੇ 6 ਭਰਾ ਤੇ ਫਿਰ ਉਹਨਾਂ ਦੇ 5 ਮਾਮੇ ਉਹ ਵੀ ਸ਼ਹੀਦ ਹੋ ਗਏ ਮਾਤਾ ਗੁਜਰੀ ਸ਼ਹੀਦ ਹੋ ਗਈ ਪਿਤਾ ਗੁਰਦੇਵ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੇ ਬੱਚੇ ਕੋਈ ਬਚਿਆ ਹੀ ਨਹੀਂ ਜੀ ਤੇ ਇਹ ਜਦੋਂ ਉੱਥੇ ਫਿਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ
ਆਪਣੇ ਇੱਕ ਹੀ ਸਾਥੀ ਭੇਜੇ ਉੱਥੇ ਫੌਜਾ ਸਿੰਘ ਦੀ ਅਗਵਾਈ ਵਿੱਚ, ਤਾਂ ਉਹ ਬਗੈਰ ਹਥਿਆਰਾਂ ਦੇ ਸੀ। ਇਹੀ ਕਹਿਣ ਗਿਆ ਸੀ ਵੀ ਤੁਸੀਂ ਨਾ ਇੰਨਾ ਕੁਛ ਬੋਲੋ, ਚੱਕ ਕੇ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ, ਉਹਨਾਂ ਨੂੰ ਮਾਰ ਦਿੱਤਾ। ਦੂਜੇ ਪਾਸੇ ਲਾਲਾ ਜਗਤ ਨਰਾਇਣ ਇਹ ਗੱਲ ਕਹਿੰਦਾ ਵੀ ਇਹਨਾਂ ਨੇ ਤਾਂ ਜੀ ਤਲਵਾਰਾਂ ਨਾਲ ਲਾਠੀਆਂ ਨਾਲ ਉਹਨਾਂ ਤੇ ਅਟੈਕ ਕੀਤਾ, ਜਦਕਿ ਬਿਲਕੁਲ ਝੂਠ ਸੀ, ਉਹਨੇ ਗਵਾਹੀ ਵੀ ਦਿੱਤੀ। ਮਤਲਬ ਇਹਦਾ ਮਤਲਬ ਇੱਥੇ ਇੱਕ ਥੋੜ੍ਹੀ ਜਿਹੀ ਗੱਲ ਇਹਨੂੰ ਆਪਾਂ ਹੋਰ ਕਰੀਏ ਰਿਫਾਈਂਡ, ਇਹਦਾ ਮਤਲਬ ਜੇ ਉਹਦਾ ਦੀ ਗੱਲ ਨਿਰੰਕਾਰੀਆਂ ਦੇ ਹੈੱਡ ਦੀ ਗੱਲ ਆ, ਤੇ ਇਹਦਾ ਉਹਦੀਆਂ ਤਾਰਾਂ ਦਿੱਲੀ ਜੁੜੀਆਂ ਹੋਈਆਂ ਹੋਣਗੀਆਂ ਸਿੱਧੀਆਂ ਸਿੱਧੀ ਜੀ। ਹਾਂਜੀ, ਉਹ ਜਿਹੜਾ ਗੁਰਬਚਨ ਸੀ ਉਹ ਸੀ ਨਿਰੰਕਾਰੀਆਂ ਦਾ, ਉਹ ਗੁਰੂ ਗ੍ਰੰਥ ਸਾਹਿਬ ਦੀ ਸ਼ਰਿਆਂ ਬੇਅਦਬੀ ਕਰਦਾ ਸੀ। ਫਿਰ ਉਹਦਾ 1980 ਦੇ ਵਿੱਚ ਜਿਹੜੇ ਬਾਅਦ ਤੇ ਜਥੇਦਾਰ ਬਣੇ ਭਾਈ ਰਣਜੀਤ ਸਿੰਘ, ਉਹਨਾਂ ਨੇ ਉਹਦਾ ਕਤਲ ਕਰਤਾ। ਮਾੜਾ ਹੋਲਡ ਰੱਖੋ ਜੀ ਧੀਰ ਸਾਹਿਬ। ਹਾਂਜੀ ਕੰਟੀਨਿਊ। ਇਕੱਲੇ ਅੰਮ੍ਰਿਤਸਰ ਦੇ ਉੱਤੇ ਇਹਨਾਂ ਨੇ 300,000 ਫੌਜ ਲਾ ਦਿੱਤੀ ਇਹ 1984 ਦੇ ਵਿੱਚ। ਹਾਂਜੀ, 1984 ਦੇ ਵਿੱਚ। ਅੱਛਾ ਜੀ, 1 ਜੂਨ ਤੋਂ ਸਾਰਾ ਕੰਮ ਸ਼ੁਰੂ ਹੋਇਆ। 3 ਜੂਨ ਨੂੰ ਤਾਂ ਪੂਰੇ ਜ਼ੋਰਾਂ ਨਾਲ ਉੱਥੇ ਲੜਾਈ ਹੋਈ। ਮੇਰੇ ਲਾਹੌਰ ਦੇ ਦੋਸਤ ਦੱਸਦੇ ਆ ਕਿ ਸਾਡੇ ਲਾਹੌਰ ਤੱਕ ਰਾਤ ਨੂੰ ਅਸੀਂ ਕੋਠਿਆਂ 'ਤੇ ਚੜ੍ਹ ਕੇ ਦੇਖਦੇ ਸੀ, ਉੱਥੋਂ ਰਾਕਟ ਚੱਲਦੇ ਸੀ, ਬੜਾ ਕੁਛ ਹੋ ਰਿਹਾ ਸੀ, ਦਿਖਾਈ ਦਿੰਦਾ ਸੀ ਸਾਰਾ ਕੁਛ ਜੀ। ਹਾਂਜੀ, ਤੇ ਇਹ ਫਿਰ 3 ਜੂਨ ਤੋਂ ਲੈ ਕੇ 6 ਜੂਨ ਤੱਕ ਪੂਰਾ ਉੱਥੇ ਤੂਫਾਨ ਮੱਚਿਆ। ਅੰਦਰ ਟੈਂਕਾਂ ਨੂੰ ਲੈ ਗਏ, ਫਰਸ਼ ਭਰ ਦਿੱਤੇ ਗਏ, ਤੇ ਫਿਰ ਅੰਦਰ ਜਾਂ ਪਹਿਲਾਂ ਹੀ ਜਦੋਂ ਇਹਨਾਂ ਨੇ 5,000 ਫੌਜੀਆਂ ਨਾਲ ਅਟੈਕ ਕੀਤਾ, ਤੇ ਅੰਦਰੋਂ ਫਿਰ ਪਿੰਡਾਂ ਵਾਲੇ ਸੰਤਾਂ ਨੇ, ਉਹਨਾਂ ਦੇ ਜਿਹੜੇ ਸੀਗੇ ਸਿੰਘ ਸੂਰਮੇ, ਉਹਨਾਂ ਨੇ ਉਸੇ ਵੇਲੇ ਉਹ ਢੇਰੀ ਕਰ ਦਿੱਤੇ ਜੀ। ਮਾੜਾ ਸੋਰੀ ਮਾਫੀ ਚਾਹੁੰਦਾ। ਹਾਂਜੀ ਜੀ ਸਾਹਿਬ, ਅਸੀਂ ਉਹਦੀ ਕਿਤਾਬ ਮੈਂ ਸਾਰੀ ਪੜ੍ਹੀ ਆ। ਉਹਦੇ ਵਿੱਚ ਕਿਹੜੀ ਕਿਤਾਬ ਦੀ ਗੱਲ ਕਰਦੇ ਹੋ? ਲੈਫਟੀਨੈਂਟ ਜਨਰਲ ਸੀਗਾ ਬਰਾੜ। ਹਾਂਜੀ ਹਾਂਜੀ, ਬਰਾੜ ਦੀ ਕਿਤਾਬ ਆ। ਹਾਂਜੀ, ਤੇ ਵੈਸੇ ਬਰਾੜ ਸੰਤ ਭਿੰਡਰਾਂ ਵਾਲੇ ਵੀ ਬਰਾੜ ਹੀ ਸੀ। ਅੱਛਾ ਜੀ, ਤੇ ਇਹ ਦੇਖੋ ਉਹਨੇ ਆਪ ਲਿਖਿਆ ਵੀ ਇੱਥੇ 20,000 ਫੌਜ ਮਰੀ ਆ, ਜਿਹੜੀ ਇੰਡੀਆ ਦੀ ਗੌਰਮੈਂਟ ਨੇ ਵਾਈਟ ਪੇਪਰ ਜਾਰੀ ਕੀਤਾ ਜੁਲਾਈ ਦੇ ਵਿੱਚ, ਉਹ ਬਿਲਕੁਲ ਝੂਠ ਆ। 90 ਫੌਜੀ ਨਹੀਂ ਮਰੇ, 20,000 ਫੌਜੀ ਮਰੇ ਆ। ਚਲੋ ਜੀ, ਇਸ ਤਰ੍ਹਾਂ ਦਾ। ਹਾਂਜੀ ਹਾਂਜੀ, ਬਹੁਤ ਮੰਦਭਾਗੀ ਗੱਲ ਹੈ। ਔਰ ਹਜੇ ਤੱਕ ਦੇਖੋ 37 ਸਾਲ ਬਾਅਦ ਵੀ ਹਜੇ ਤੱਕ ਉਸੇ ਤਰ੍ਹਾਂ ਇਉਂ ਹੀ ਲੱਗਦਾ ਵੀ ਜਿਵੇਂ ਕੱਲ੍ਹ ਦੀ ਗੱਲ ਹੁੰਦੀ ਹੈ। ਜਿਨ੍ਹਾਂ ਨੂੰ ਵੀ ਅਸੀਂ ਹੁਣ ਸਾਡੇ ਚੈਨਲ 'ਤੇ ਤੁਸੀਂ ਦੇਖਿਆ ਹੋਣਾ, ਭਾਈ ਅਮਰੀਕ ਸਿੰਘ ਜੀ ਦੀ ਧਰਮ ਪਤਨੀ ਬੀਬੀ ਹਰਮੀਤ ਕੌਰ ਜੀ ਆਏ ਸੀ, ਉਹਨਾਂ ਨੇ ਬੜੇ ਮਤਲਬ ਦਿਮਾਗ ਸੁੰਨ ਹੋਇਆ। ਧਰਮ ਪਤਨੀਆਂ ਨੂੰ ਵੀ ਆਪਣੇ ਪੈਰਾਂ 'ਚ ਪ੍ਰਣਾਮ ਕਰਦਾ, ਜਿਹੜੇ ਇੰਨੇ ਮਹਾਨ ਯੋਧਿਆਂ ਦੀਆਂ ਧਰਮ ਪਤਨੀਆਂ ਸੀ। ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ, ਸ਼ਹੀਦ ਭਾਈ ਅਮਰੀਕ ਸਿੰਘ, ਤੇ ਸ਼ਹੀਦ ਜਨਰਲ ਸੁਵੇਗ ਸਿੰਘ ਅਤੇ 18 ਸਿੰਘ, ਉਹ ਬੜੇ ਮਹਾਨ ਲੋਕ ਸੀ ਜੀ, ਜਿਨ੍ਹਾਂ ਨੇ ਦੇਸ਼ ਕੌਮ ਦੇ ਲਈ ਸਾਰੀਆਂ ਆਪਣੇ ਧਰਮ ਦੇ ਲਈ ਜਾਨਾਂ ਕੁਰਬਾਨ ਕਰਤੀਆਂ। ਪਰ ਅੱਜ ਲੋਕ ਕੋਈ ਕੁਛ ਬੋਲਦਾ, ਕੋਈ ਕੁਛ ਬੋਲਦਾ, ਕਹਿੰਦੇ ਆ ਜੀ ਕਿ ਭਿੰਡਰਾਂ ਵਾਲੇ ਸੰਤ ਉੱਥੇ ਕਿਉਂ ਬੈਠੇ ਸੀ। ਇਹਨਾਂ ਨੂੰ ਪੁੱਛੇ, ਜਿਹੜੇ 28-29 ਬਾਕੀ ਦੂਜੇ ਗੁਰਦੁਆਰੇ ਸੀ ਉਹਨਾਂ ਉੱਤੇ ਹਮਲਾ ਕੀਤਾ ਗਿਆ, ਉੱਥੇ ਤਾਂ ਨਹੀਂ ਸੀ ਭਿੰਡਰਾਂ ਵਾਲੇ ਬੈਠੇ? ਬਿਲਕੁਲ 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 ਬਿਲਕੁਲ, ਉੱਥੇ ਕਿਉਂ ਦੁਨੀਆਂ ਨੂੰ ਮਾਰਿਆ ਗਿਆ ਜਾ ਕੇ ਜੀ? ਚਲੋ, ਇਹ ਸਾਰੀ ਪਲੈਨਿੰਗ ਸੀ ਪੂਰੀ 1947 ਤੋਂ। ਇੰਦਰਾ ਗਾਂਧੀ ਨੇ ਇਸ ਉਸ ਸਾਰਾ ਕੁਛ ਜਾਣ ਬੁੱਝ ਕੇ ਇਹਨਾਂ ਨੇ ਕੀਤਾ ਗਿਆ। ਜੈਨੋਸਾਈਡ ਹੋਈ, ਬੜੇ ਬੜਾ ਤਬਾਹੀ ਹੋਈ, ਫਿਰ ਨਵੰਬਰ 1984 ਆ ਗਿਆ। ਬਿਲਕੁਲ ਬਿਲਕੁਲ, ਚਾਹੀਦਾ ਤਾਂ ਇਹ ਸੀ ਵੀ ਜਿਹਨੇ ਬੰਦੇ ਨੇ ਕੋਈ ਇੰਦਰਾ ਗਾਂਧੀ ਦਾ ਮਰਡਰ ਕੀਤਾ ਉਹਨੂੰ ਫੜ ਕੇ ਤੁਸੀਂ ਫਾਂਸੀ ਦੇਵੋ, ਇਹਨਾਂ ਤਾਂ ਸਾਰਿਆਂ ਨੂੰ ਮਾਰਨਾ ਸ਼ੁਰੂ ਕਰਤਾ। ਜੀ ਜੀ ਜੀ, ਚਲੋ ਬਹੁਤ ਮਿਹਰਬਾਨੀ ਧੀਰ ਸਾਹਿਬ, ਬੜੀ ਬੇਦਰਦੀ ਨਾਲ। ਚਲੋ ਜੀ, ਤੁਹਾਡਾ ਟਾਈਮ ਦੇਣ ਦਾ ਬਹੁਤ ਮਿਹਰਬਾਨੀ ਜੀ, ਮਿਹਰਬਾਨੀ ਮਿਹਰਬਾਨੀ, ਕਾਫੀ ਜਾਣਕਾਰੀ, ਹਾਂ ਬਹੁਤ ਜਾਣਕਾਰੀ ਤੁਸੀਂ ਦਿੱਤੀ ਹੈ। ਸੋ ਸਾਡੇ ਦਰਸ਼ਕ ਜਿਹੜੇ ਨੇ, ਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਜੀ। ਕੋਈ ਵੀ ਆਪਣੇ ਵਿਚਾਰ ਜਿਹੜੇ ਨੇ ਅਸੀਂ ਅੱਜ ਪੇਸ਼ ਕਰ ਸਕਦੇ ਹਾਂ, ਇੱਦਾਂ ਦੇ ਰਾਖਵਾਂ ਅਸੀਂ ਰੱਖਿਆ ਇੱਕ ਸ਼ਰਧਾ ਦੇ ਤੌਰ 'ਤੇ, ਜਾਂ ਇੱਕ ਸਾਡੀ ਜਿਹੜੇ ਜਿਵੇਂ ਇਹਨਾਂ ਨੇ ਗੱਲ ਕੀਤੀ ਆ ਕਿ 21 ਸਾਲ ਦਾ ਮੁੰਡਾ, ਉਹ ਕਹਿੰਦਾ ਵੀ ਪੰਜਾਬ ਦੇ ਵਿੱਚ ਕਦੇ ਗੱਲ ਹੀ ਨਹੀਂ ਹੋਈ 1984 ਦੀ, ਅਤੇ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਵੀ, ਰੇਡੀਓ ਤੋਂ ਪਤਾ ਲੱਗਿਆ ਵੀ 1984 ਦੇ ਵਿੱਚ ਆਹ ਕੁਛ ਹੋਇਆ ਸੀਗਾ। ਸੋ ਸਾਡਾ ਵੀ ਕੋਸ਼ਿਸ਼ ਇਹ ਹੈ ਵੀ ਚਲੋ ਜਿਹੜੇ ਬੱਚੇ ਮਾੜਾ ਮੋਟਾ ਦੇਖਦੇ ਨੇ ਪ੍ਰੋਗਰਾਮ, ਕੋਈ ਗੱਲਬਾਤ ਕਰਦੇ ਨੇ, ਅਤੇ ਉਹਨਾਂ ਨੂੰ ਥੋੜ੍ਹੀ ਬਹੁਤ ਜਾਣਕਾਰੀ ਜਿਹੜੀ ਆ ਇਤਿਹਾਸ ਦੀ ਉਹ ਹੋਵੇ। ਸੋ ਇਸੇ ਕੋਸ਼ਿਸ਼ ਕਰਕੇ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਰੱਖਿਆ ਸੀ ਰਾਖਵਾਂ 1984 ਵਾਸਤੇ। ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ ਜੀ। ਪੂਰੀ ਦੁਨੀਆ ਵਿੱਚ ਪੰਜਾਬੀ ਦੇਖਦੇ ਨੇ, ਅਤੇ ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ ਜੀ। ਹਾਜ਼ਰ ਹੈ ਇੱਕ ਵਾਰ ਫਿਰ, ਪ੍ਰੋਗਰਾਮ ਅੱਜ ਚੱਲ ਰਿਹਾ ਜਿਹੜਾ ਖਾਸ ਤੌਰ 'ਤੇ ਸਾਡਾ ਸਮਰਪਿਤ ਹੈਗਾ 84 ਨੂੰ। ਨਾਲ ਦੀ ਨਾਲ ਭਗਤ ਪੂਰਨ ਸਿੰਘ ਜੀ ਦੀ ਵੀ ਮੈਂ ਗੱਲ ਕੀਤੀ ਹੈ,
उन्हां दा जन्मदिन हैगा 1904 नूं उन्हां दा बर्थ होया सीगा राजेवाल दे विच ते उन्हां दी सेवा जिहड़ी है वह आपां नूं सारे पंजाबियों नूं पता ही है वक्खरी तरह की सेवा उन्होंने अपनी जिंदगी दे विच कीती है तां ही कहिंदे विच दुनिया सेव कमाई है सो उन्होंने सेवा करके पूरी दुनिया दे विच जिहड़ा नाम अपना उन्हां दा हैगा उन्हां दे बहुत ही सत्कार दे नाल ही उन्हां नूं देखिया जांदा बहुत सत्कार दे नाल उन्हां नूं एक किस्म की पूजा की जाती है भगत पूरन सिंह जी की सो रलवा मिलवा प्रोग्राम है जी इको जी है लगभग सेवा की गल करते हैं सेवा कौम की की साढ़े शहीदा ने भी तो सेवा कौम की की है भगत पूरन सिंह जी ने कल अगे तोड़ते हैं जी सत श्रीकाल जी तुसीं ऑन एयर हो जी जी ऑन एयर हो जी 209 एरिया कोड टीवी की आवाज़ घट करो जी कृपा करके नाहल हेलो हाँ जी सत श्रीकाल जी टीवी की आवाज़ घट करो तो फिर गल करो जी सत श्रीकाल बहुत बहुत स्वागत जी हाँ जी की कहना चाहते जी मैं गल करनी हरिमंदर साहब दिखा देना गुरु साहब की बेअदबी वजी जी इस तरह ही हो अभी रखनी चाहिए जी हरिमंदर साहब की गोलियां बजी पतले ला के रख लाए नी अच्छा चाहिए थे उदा ही जिदा जल्द बाग च लगे या निशान रखने चाहिए थे अच्छा वाह सही गल है जी पतले ला के रखे वो भी कहते दिखा लेने अच्छा जी बिलकुल तुहाडी गल सही है जी साडा बहुत सारे असीं देखे जी जिहड़े इतिहासक गुरु घर भी ने उन्हां नूं वधिया बनाउण दे चक्कर च जिहड़ा इतिहास हैगा उत्थों दा उह खतम कर दित्ता जांदा खतम करी जांदे हां जी जी ते भगत पूरन सिंह जी बारे की कहना चाहुंदे जी चलो बहुत मेहरबानी तुहाडी कॉल करन वास्ते बड़ा धन्नवाद जी मेहरबानी मेहरबानी हैलो जी सत श्री अकाल ऑन एयर हो जी हैलो हैलो जी सत जी सत श्री अकाल भैन जी सत श्री अकाल जी कुलदीप जी बोल रहे जख्म अले हो जाते हैं उस तरह हो जाता है मेरा जरा सवाल भी है एक बंगाल भी है सारे जिन्हें भी सुन रहे ने बहुत लोका ने विक्टम बन के असि जेडे है भी नहीं सी इथे आके असाइलम ले लिया पर गुरु तो पूरी तरह बेमुखता होना सीगा इत्थों तक ओ लोक ने जेडे कहंदे पंजाबी सीखण दी लोड़ ही नहीं है धर्म नूं तां छड्डो ओ भाषा नूं भी छड्ड गए जी काफी लोक दुख हुंदा है वी ओ गुरु घरां दे प्रधान बन गए उन्हां चों कुछ लोक आके ओ कह रहे कि पंजाबी स्कूलां दा विरोध करदे आ जेड़े पंजाबी गुरुद्वारे च सिखाउंदे ने ओ कहंदे कि पंजाबी सिखाण दी की लोड़ है खालिस्तान मंगदे सी तां हो गया सीगा इह प्रचार गवर्नमेंट दा कीता जदों के भिंडरां वालिआं ने कदे भी खालिस्तान दी मंग रखी नहीं सी उह कहिंदे सी आनंदपुर दा मता ਗਲੋਬਾ ਬਣਾ ਦਿੱਤਾ ਕਿ ਜੀ ਖਾਲਿਸਤਾਨ ਮੰਗਦੇ ਆ ਉੱਥੇ ਬੰਦੇ ਆ ਉੱਥੇ ਤਾਂ ਅੱਤਵਾਦੀ ਨੇ ਉੱਥੇ ਤਾਂ ਬੈਠੇ ਸੀਗੇ ਬਾਕੀ ਗੁਰਦੁਆਰਿਆਂ ਚ ਕੁਛ ਕੌਣ ਆ ਗਿਆ ਸੀਗਾ ਜੀ ਬਿਲਕੁਲ ਦੁੱਖ ਨਿਵਾਰਨ ਹੋਰ ਗੁਰਦੁਆਰਿਆਂ ਤੇ ਇਹ ਬੜੀ ਸੋਚੀ ਸਮਝੀ ਗੌਰਮੈਂਟ ਦੀ ਚਾਲ ਸੀ ਖਾਲਿਸਤਾਨ ਵਾਲੇ ਕਰ ਰਹੇ ਨੇ ਜੀ ਕੁਛ
ਤੇ ਉਹਦੇ 'ਚ ਹੁੰਦਾ ਵੀ ਇਹ ਸੀ ਵੀ ਇੱਧਰਲੇ ਮੁਲਕਾਂ 'ਚ ਜਿਹੜੀ ਕੋਈ ਰੈਲੀ ਚੱਲਦੀ ਸੀ ਅਤੇ ਪਿੱਛੇ 5-7 ਜਣੇ ਝੰਡਾ ਲੈ ਕੇ ਖਾਲਿਸਤਾਨ ਦਾ ਜਦੋਂ ਘੁੰਮ ਜਾਂਦੇ ਸੀ ਅਤੇ ਉਹਦੀ ਉਹਨੇ ਦੀ ਵੀਡੀਓ ਬਣਾ ਕੇ ਭਾਰਤ ਸਰਕਾਰ ਕੋਲ ਪਹੁੰਚ ਜਾਂਦੀ ਸੀ ਅਤੇ ਉਹ ਕਹਿੰਦੇ ਸੀ ਇਹ ਵੀ ਜਿਹੜਾ ਅੰਦੋਲਨ ਹੈ ਸਿਰਫ ਖਾਲਿਸਤਾਨ ਵਾਲਿਆਂ ਦਾ ਬਾਕੀ ਨਹੀਂ ਹੈਗੀ ਕੋਈ। ਹਾਂਜੀ ਬਸ ਉਹ ਇਹਨਾਂ ਨੇ ਸਾਡੇ ਕਿਸਾਨ ਅੰਦੋਲਨ ਨੂੰ ਵੀ ਐਂ ਕਹਿਤਾ ਇਹ ਖਾਲਿਸਤਾਨੀ ਨੇ ਜੀ। ਮਤਲਬ ਦੁੱਖ ਦੀ ਗੱਲ ਬਹੁਤ ਵੱਡੀ ਇਹ ਆ ਬਈ ਬਹੁਤ ਸਾਡੇ ਜਿਹੜੇ ਜਿਹੜੇ ਕਹਿਣਗੇ ਇਹਨੂੰ ਭੁੱਲ ਜਾਓ ਟੁੱਟੀਆਂ ਜੁੱਤੀਆਂ ਭੱਜਦਿਆਂ ਦੀਆਂ ਸਭ ਸਾਂਭ ਕੇ ਸ਼ੂ ਕੇ ਚ ਪਾ ਕੇ ਰੱਖਿਆ ਆਉਣ ਵਾਲੀ ਜਨਰੇਸ਼ਨ ਨੂੰ ਚੈਪਟਰਾਂ ਚ ਪੜ੍ਹਾਉਂਦੇ ਭਾਈ ਤੁਹਾਡੇ ਨਾਲ ਆ ਹੋਇਆ ਸਾਡੇ ਮੈਂ ਆਈ ਹੇਟ ਟੂ ਸੇ ਦੈਟ ਬਹੁਤ ਮੇਰੀਆਂ ਆਪਣੀਆਂ ਹੀ ਚੰਗੇ ਮਿੱਤਰ ਨੇ ਸਾਡੇ ਜਿਹੜੇ ਦੋਸਤ ਮਿੱਤਰ ਨੇ ਜਾਣ ਪਛਾਣ ਵਾਲੇ ਉਹ ਇਹ ਕਹਿੰਦੇ ਨੇ ਕਿ ਅਸੀਂ ਘਰ ਦੇ ਵਿੱਚ ਜਿਹੜੇ ਸਾਹਿਬਜ਼ਾਦੇ ਆ ਅਸੀਂ ਉਹਨਾਂ ਦੀ ਵੀ ਫੋਟੋ ਨਹੀਂ ਲਾਉਂਦੇ ਆਪਣੇ ਬੱਚਿਆਂ ਨੂੰ ਨੀ ਦਿਖਾਉਣਾ ਚਾਹੁੰਦੇ ਵੀ ਕਿਵੇਂ ਨੀ ਹੱਥ ਚੜੇ ਆ ਦਿਲ ਖਰਾਬ ਹੁੰਦਾ ਸਾਡਾ ਅਸੀਂ ਬੰਦ ਬੰਦ ਕੱਟਿਆ ਦੇ ਪਿਕਚਰਾਂ ਨੇ ਦਿਲ ਖਰਾਬ ਹੁੰਦਾ ਮੀਨਸ ਅਸੀਂ ਦੇਖਣ ਨੂੰ ਵੀ ਦਿਲ ਖਰਾਬ ਹੁੰਦਾ ਅਸੀਂ ਗਾਹਾਂ ਕੀ ਤੋਰਨਾ ਇਹ ਬੱਚਿਆਂ ਨੂੰ ਪਤਾ ਹੀ ਨੀ ਹੁਣ ਫਿਰ ਕੀ 84 ਹੈ ਪਰ ਉਹਨਾਂ ਨੂੰ ਜਿਊਜ਼ ਦਾ ਸਾਰਾ ਪਤਾ ਕਿਉਂਕਿ ਉਹ ਹਿਸਟਰੀ ਪੜ੍ਹਦੇ ਨੇ ਤੋ ਅਸੀਂ ਕੀ ਕੀਤਾ ਸਾਨੂੰ ਘੱਟੋ ਘੱਟ ਬੱਚਿਆਂ ਨੂੰ ਸਹੀ ਜੋ ਹੈ ਮੁੱਦਾ ਕਿਉਂ ਹੋਇਆ ਸੀ ਕੀ ਹੋਇਆ ਸੀ ਉਹ ਦੱਸਣਾ ਚਾਹੀਦਾ ਅਸੀਂ ਸਿਰਫ ਰਾਜਨੀਤਿਕ ਰੋਟੀਆਂ ਸੇਕੀਆਂ ਉਹਦੇ ਉੱਤੇ ਜਾਂ ਕੁਛ ਬੰਦਿਆਂ ਨੇ ਕਿਹਾ ਵੀ ਉਹਨੂੰ ਬਿਲਕੁਲ ਭੁੱਲ ਜਾਓ ਵੀ ਉਹ ਕਾਲਾ ਚੈਪਟਰ ਸੀ ਉਹਨੂੰ ਪਾੜ ਦਿਓ ਜਸਟ ਮੂਵ ਫਾਰਵਰਡ ਇਹ ਬਹੁਤ ਦੁੱਖ ਦੀ ਗੱਲ ਹੈ ਇੱਕ ਪ੍ਰਚਾਰ ਦੀ ਵੀ ਕਿਤੇ ਨਾ ਕਿਤੇ ਘਾਟ ਹੈਗੀ ਸਾਡੇ ਕਿਉਂਕਿ ਅਸੀਂ ਜਦੋਂ ਰਮਾਇਣ ਦੇਖਦੇ ਸੀ ਤੇ ਸਾਰੇ ਬੱਚਿਆਂ ਨੂੰ ਸਾਰੇ ਕਰੈਕਟਰ ਰਮਾਇਣ ਦੇ ਯਾਦ ਸੀ ਪੰਜਾਬ ਦੇ ਵਿੱਚ ਹਾਂਜੀ ਤੇ ਸਾਡੇ ਜਿਹੜੇ ਗੁਰੂਆਂ ਦੇ ਨਾਮ ਵੀ ਪੁੱਛ ਲਓ ਕਿਸੇ ਨੂੰ ਜਾ ਕੇ ਤੇ ਉਹ ਵੀ ਨਹੀਂ ਯਾਦ ਪੂਰੇ ਬਾਕੀ ਇਤਿਹਾਸ ਤਾਂ ਦੂਰ ਦੀ ਗੱਲ ਹੈ ਸੋ ਇਹ ਪ੍ਰਚਾਰ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਜੀ ਤਾਂ ਕਿ ਘਰ ਘਰ ਪ੍ਰਚਾਰ ਘੱਟੋ ਘੱਟ ਹੋਰ ਕਮਿਊਨਿਟੀਜ਼ ਤੱਕ ਨਹੀਂ ਘੱਟੋ ਘੱਟ ਸਾਡੇ ਤੱਕ ਹੀ ਸਾਰਾ ਪ੍ਰਚਾਰ ਪਹੁੰਚੇ ਸਾਡੇ ਬੱਚਿਆਂ ਤੱਕ ਹੀ ਪਹੁੰਚੇ ਕੀ ਕਰਨਾ ਚਾਹੀਦਾ ਬਿਲਕੁਲ ਹਾਂਜੀ ਹਾਂਜੀ ਨਹੀਂ ਪ੍ਰਚਾਰ ਦੀ ਬਹੁਤ ਘਾਟ ਹੈ ਤੇ ਦੂਜਾ ਸਾਡੀ ਥੋੜੀ ਜਿਹੀ ਤੰਗ ਦਿਲੀ ਵੀ ਸਾਨੂੰ ਖਿੱਚ ਰਹੀ ਹੈ ਅੱਛਾ ਜੀ ਸਾਡੀ ਤੰਗ ਦਿਲੀ ਇਹ ਆ ਵੀ ਅਸੀਂ ਕੋਈ ਜੇ ਥੋੜੀ ਜਿਹੀ ਕੋਈ ਬੰਦਾ ਅੱਗੇ ਸਿਰ ਕੱਢ ਕੇ ਚਾਹੇ ਕੋਈ ਮੂਵੀ ਬਣਾਉਂਦਾ ਦੱਸਣ ਦੀ ਕੋਸ਼ਿਸ਼ ਕਰਦਾ ਅਸੀਂ ਇੰਨਾ ਤੰਗ ਦਿਲੀ ਦਿਖਾਉਂਦੇ ਹਾਂ ਉਹ ਤੋਂ ਆ ਦਿਖਾਤਾ ਪਿਕਚਰ ਬੈਨ ਆ ਵੀ ਨਾ ਕਰਨ ਦਿਓ ਆ ਵੀ ਠੀਕ ਹੈ ਨਾ ਕਰਨ ਦਿਓ ਅੱਜ ਕੱਲ੍ਹ ਵਿਜੂਅਲ ਦਾ ਜਿਹੜਾ ਜ਼ਮਾਨਾ ਜ਼ਿਆਦਾ ਹੈ ਵਿਜੂਅਲ ਏਡ ਦਾ ਜੇ ਬੱਚਿਆਂ ਨੂੰ ਦਿਖਦੀਆਂ ਨੇ ਅਰਦਾਸ ਦੀਆਂ ਸਾਰੇ ਕਿਤੇ ਤਸਵੀਰਾਂ ਤੁਸੀਂ ਲਗਾਓ ਪਤਾ ਲੱਗੇ ਲੋਕਾਂ ਨੂੰ ਭੈਣ ਜੀ ਤੁਹਾਨੂੰ ਪਤਾ ਹੋਏਗਾ ਚਾਰ ਸਾਹਿਬਜ਼ਾਦੇ ਜਿਹੜੀ ਬਣਾਓ ਚਾਰ ਸਾਹਿਬਜ਼ਾਦੇ ਜਿਹੜੀ ਐਨੀਮੇਟਡ ਫਿਲਮ ਆਈ ਸੀ ਉਦੋਂ ਬਾਅਦ ਦੇਖਣ ਤੋਂ ਬਾਅਦ ਸਾਡੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੇ ਬੱਚਿਆਂ ਨੂੰ ਪਤਾ ਲੱਗਿਆ ਵੀ ਅੱਛਾ ਇਹ ਵੀ ਸੀ ਬਿਲਕੁਲ ਕਿਉਂਕਿ ਜ਼ਮਾਨਾ ਹੀ ਵਿਜ਼ੂਅਲ ਦਾ ਹੈਗਾ ਤੇ ਕੀ ਕਰ ਸਕਦੇ ਜਿਵੇਂ ਇੱਕ ਫਿਲਮ ਆਈ ਸੀ ਨਾਨਕ ਸ਼ਾਹ ਫਕੀਰ ਉਹ ਚੱਲਣੀ ਦਿੱਤੀ ਇੰਡੀਆ ਦੇ ਵਿੱਚ ਬੈਨ ਕਰਤੀ ਬੈਨ ਕਰ ਦਿੱਤਾ ਇੱਥੇ ਅਸੀਂ ਦੇਖਦੇ ਹਾਂ ਪਤਾ ਲੱਗਦਾ ਉਹ ਸਿੱਖਣ ਨੂੰ ਬੜਾ ਕੁਝ ਮਿਲਦਾ ਸਾਡੇ ਲੋਕਾਂ ਦੀ ਬਹੁਤ ਤੰਗ ਦਿਲੀ ਹੈ ਬਹੁਤ ਜ਼ਿਆਦਾ ਤੰਗ ਦਿਲੀ ਹੈ ਬਿਲਕੁਲ ਬਿਲਕੁਲ ਤੇ ਚਲੋ ਗੁਰੂ ਮਹਾਰਾਜ ਕੋਲ ਅਰਦਾਸ ਕਰ ਸਕਦੇ ਹਾਂ ਵੈਸੇ ਮੰਨੂ ਦੇ ਜ਼ਮਾਨੇ 'ਚ ਵੀ ਸਿੱਖੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਇਹ ਹੋਣੀ ਨਹੀਂ ਹੈ ਪਰ ਦੁੱਖ ਇਹ ਆ ਵੀ ਜਿੰਨੇ ਅਸੀਂ ਸਿੱਖ ਹੈ ਅਸੀਂ ਬਹੁਤ ਪ੍ਰਚਾਰ ਕਰ ਸਕਦੇ ਸੀ ਸਾਡੇ ਕੋਲ ਹੁਣ ਮੀਡੀਆ ਇੰਨਾ ਆ ਫੇਸਬੁੱਕ ਹੈ ਸੋਸ਼ਲ ਮੀਡੀਆ ਆ ਫੋਨ ਹੈ ਅਸੀਂ ਤਾਂ ਹੁਣ ਤੱਕ ਬਹੁਤ ਪ੍ਰਚਾਰ ਕਰ ਸਕਦੇ ਸੀ ਪਰ ਅਸੀਂ ਆਪਣੇ ਸੌੜੇ ਹਿੱਤਾਂ ਲਈ ਅਸੀਂ ਆਪਣੀਆਂ ਚੌਧਰਾਂ ਲਈ ਅਸੀਂ ਆਪਣੀਆਂ ਪ੍ਰਧਾਨਗੀਆਂ ਲਈ ਉੱਥੇ ਹੀ ਜੁੜ ਗਏ ਹਾਂ ਅਸੀਂ ਸਿੱਖੀ ਦਾ ਪ੍ਰਚਾਰ ਨਹੀਂ ਕਰ ਰਹੇ ਬਿਲਕੁਲ ਬਿਲਕੁਲ ਬਹੁਤ ਮਿਹਰਬਾਨੀ ਭੈਣ ਜੀ ਬਹੁਤ ਵਧੀਆ ਵਿਚਾਰ ਤੁਸੀਂ ਰੱਖੇ ਔਰ ਭਾਵਕ ਹੋ ਕੇ ਰੱਖੇ ਬਹੁਤ ਮਿਹਰਬਾਨੀ ਗੱਲ ਬਿਲਕੁਲ ਸਹੀ ਹੈ ਜੇ ਮੀਰ ਮੰਨੂ ਦੀ ਗੱਲ ਕਰੀਏ ਤਾਂ ਅਸੀਂ ਇੱਕ ਡਰਾਮਾ ਕਰਦੇ ਹੁੰਦੇ ਸੀ ਪਲੇ ਸ਼ੁਰੂ ਦੇ ਵਿੱਚ ਉਹਦਾ ਨਾਂ ਸੀ ਅਸੀਂ ਦੂਣ ਸਵਾਏ ਹੋਏ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ ਮੰਨੂ ਨੇ ਕਿਸ ਤਰੀਕੇ ਨਾਲ ਵੱਢੇ ਨੇ ਕਿਸ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਉਦੋਂ ਖਤਮ ਨਹੀਂ ਹੋਏ ਤਾਂ ਅੱਜ ਕੱਲ੍ਹ ਦੀਆਂ ਸਰਕਾਰਾਂ ਵੀ ਮੇਰੇ ਖਿਆਲ ਦੇ ਵਿੱਚ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਅਤੇ ਇਹ ਵੀ ਜਿਹੜੀ ਸਿੱਖ ਕੌਮ ਹੈ ਉਹ ਇਸੇ ਤਰ੍ਹਾਂ ਰਹੇਗੀ ਪੰਜਾਬੀਆਂ ਦੀ ਖਾਸ ਤੌਰ 'ਤੇ ਅਸੀਂ ਗੱਲ ਕਰਦੇ ਹਾਂ ਅਤੇ ਦੂਜੀ ਗੱਲ ਇਹ ਹੈ ਵੀ ਸਿੱਖਾਂ ਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਹੀ ਪੇਸ਼ ਕੀਤਾ ਜਾਂਦਾ ਇੱਕ ਵੱਖਰਾ ਜਿਹਾ ਧਰਮ ਪੇਸ਼ ਕਰਕੇ ਪੇਸ਼ ਕੀਤਾ ਜਾਂਦਾ ਜਦਕਿ ਪੰਜਾਬੀ ਦੀ ਗੱਲ ਕਰੀਏ ਪੰਜਾਬੀਆਂ ਦੀ ਗੱਲ ਕਰੀਏ ਪੰਜਾਬੀ ਹਰ ਕਮਿਊਨਿਟੀ ਦੇ ਹੈਗੇ ਨੇ ਹਰ ਕਮਿਊਨਿਟੀ ਦੇ ਲੋਕ ਸਾਰੇ ਧਰਮਾਂ ਦੇ ਵਿੱਚ ਜਾਂਦੇ ਸੀ ਪਰ ਇਹਨਾਂ ਨੇ ਆ ਕੇ ਅਤੇ ਇਹਨਾਂ ਨੇ ਹੁਣ ਜਿਹੜਾ ਇੱਕ ਵੱਖਰਾ ਜਿਹਾ ਕੰਮ ਕਰਤਾ ਸੋ ਅਸੀਂ ਸਾਰੇ ਧਰਮਾਂ ਦੀ ਗੱਲ ਕਰਦੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਇਸ ਮੰਚ ਦੇ ਉੱਤੋਂ ਅਤੇ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਲਵਾਂਗੇ ਦੇਖਦੇ ਰਹੋ ਜਸ ਪੰਜਾਬੀ
जी हाजिर हैं। फिर थोड़ा समा है एक अद्धी कॉल लैके तो एक दो इनफॉर्मेशन ने साझिया करनिया ने कॉल लैने पहला। हैलो सत श्रीकाल जी, तुम आने रहो जी। हैलो ध्यान फोन वाल नहीं है जी। मैं नाल दी नाल असी जिहड़ी इनफॉर्मेशन है मैं जरूर साझी करनी चाहुंदा साडे दर्शकां दे नाल। पिछले दिन सैनोजे दे विच वीटीए दे विच जिहड़ी गोलीबारी होई सी उत्थे साडे एक पंजाबी नौजवान जिहड़ा तपतेज दीप सिंह उन्हां दी डैथ हो गई सी। तो कल नूं उन्हां दा फ्यूनरल हैगा तो नाले जिहड़ा अंतम अरदास हैगी फ्रीमंट गुरु घर दे विच 12 बजे। तो फ्यूनरल जिहड़ा उह जिहड़ा हैगा उत्थे बहुत घट जा सकदे ने लोग, सिर्फ घर दे जाणगे तो गुरु घर के सारे पहुँच सकते हैं फ्रीमोट गुरु घर कल तो नाल स्कैनर का हैगा। जे फेसबुक से जाकर तुम देखना चाहते हो तो वह देख सकते हो लाइव इन्हों का फ्यूनरल जोड़ा है। अज असी गए सी इन्हों के घर और बहुत परिवार का की हाल हो सकता पर पता ही है। 3.5 साल का बेटा एक तो बेटी 2 साल की है और वो रात को बेटा कहिंदे पापा नहीं पैंदा सीगा ते वो रोज़ पुछदा मम्मी अपने भी पापा नूं क्यों नहीं बुला के लिआउंदे, मैं सौना उन्हां नाल। बाकी की माहौल होएगा उत्थे तुसीं आप अंदाज़ा ला सकदे हो घरदिआं दा माँ बाप दा। और बहुत दलेरी दे नाल सब तो माण वाली गल साडे वास्ते ये है कि एक बार फिर जिथे पहला सी जिहड़े पुलिस वाले सीगे संदीप उन्हां दी गल करदे हुंदे उत्थे ही सानूं इन्हां ते भी माण हैगा। इन्हां ने लगभग दसदे ने भी 100 बंदिआं दी जान बचाई होणी भज के इधरों उधरों। तो नाल दी नाल दसदे ने परिवार के मैंबर भी 3 गोलियां तो उन्होंने इन्हों के छाती सज्जे हाथ लगियां सा छाती दे विच। उन्हां नाल तां शायद इन्हां दी डैथ ना हुंदी, उन्हां नाल तां बच सकदे सीगे क्योंकि सज्जे पासे लगियां सीगियां ते एक गोली उन्होंने कल इशनान वगैरह करा के आए ने दर्शन करके आए तो एक गोली इत्थे जिहड़ी लगी आ उहदे नाल शायद इन्हां दी मौत होई आ। हर वेले हसदे रहण वाले कहिंदे बिल्कुल पॉजिटिव गल करन वाले, कोई नैगेटिव जे गल करदा तो उहदा जवाब ही नहीं दिंदे सी, सिर्फ तो सिर्फ पॉजिटिव गल करन वाले हर वेले तपतेज दीप सिंह और नाम भी बिल्कुल वक्रा रखा करते हैं। तो कल फ्यूनरल जोड़ा है उस तो बाद फ्री माउंट गुरु घर के सारिया संगत जुड़ रही ने, असी भी उत्थे जरूर होवे संगत दर्शन करा, तुम भी उत्थे जरूर पहुँचो फ्री माउंट गुरु घर कल यानी कि शनिवार। तो एक होर साडे जिहड़े मैं पहला भी दस्या उन्हों का भी जिक्र मैं करना चाहना, उन्होंने फ्यूनरल जोड़ा है वह परसों हैगा माता प्रीतम कौर जी। ये भी पिछले दिन ही परमात्मा के चरणा चले गए ने। बूटा सिंह खख जानते रहे साडे बहुत सारे दोस्त, वैसे नाम सतविंदर सिंह है पर बूटा सिंह खख के नाम नाल मशहूर है, नगीना पैलेस रेस्टोरेंट भी है इन्हां दे माता जी साडे बहुत प्यारे मित्र ने। तो उन्हां दा फ्यूनरल जिहड़ा हैगा जी वह ऐतवार हैगा एलन मॉर्चरी 247 नॉर्थ ब्रॉडवे टरलक दे विच 10 तो 12 बजे। तो उस तो बाद गुरद्वारा साहब जिहड़ा हैगा टरलक गुरु घर उहदे विच उदू बाद सहज पाठ का भोग तो कीर्तन तो अंतम अरदास जी की जाऊगी। सो जरूर उन्होंने नंबर आ रहा बूटा सिंह खख के नाल अगर तुम साझी करनी चाहते हो गल 209-604-8521 से उन्होंने सोग प्रगट कर सकते हो। सो उम्मीद करता जी अज का प्रोग्राम कल हूँ रहन दिन लाइन में क्योंकि लेट हो जाता खबर जो दर्शक उड़ीकते होंगे बहुत सारे तो खबर लेट हो जाए इस करके कल का सिलसिला अगे मैं नहीं चला प्रोग्राम वाइंड अप ही करूँगा। तो जे साडे दर्शक घर बैठे नाल जुड़ते हैं सब का एक बार फिर बहुत बहुत धन्यवाद करते हैं। तो नाल ये जी असी सेवा करते जस पंजाबी ते किते भी कोई इस तरह की जानकारी हैगी है कोई फ्यूनरल जां कोई अंतम अरदास जां कोई भी किसी तरह की कोई जानकारी साडे दर्शक देनी चाहुंदे ने पूरी दुनिया दे विच ते वैसे तो सोशल मीडिया हैगा फटाफट पता लग जांदा, फिर भी टीवी के जरिए भी जानकारी अगर देनी चाहते हो तो तुसीं सानूं ईमेल कर सकते हो jaggi@jasbroadcasting.com या फिर info@jasbroadcasting.com। फेसबुक ट्विटर हैगा, इस तों इलावा वट्सएप नंबर साडा 209-450-3362 वट्सएप नंबर हैगा जी 7187884-0900। तो आ जिहड़ा मैं पहला दस्या 209-450-3362 ये मेरा सैल नंबर सब को तकरीबन हैगा, तुहाड़ियां कालां आउंदियां भी ने बहुत बहुत धन्यवाद करते हैं। किसी भी जानकारी वास्ते जां किसी भी कोई ऐड देनी चाहते हो कोई कम्यूनिटी की खबरसार हैगी जरूर कॉल करके साडे नाल संपर्क कर सकते हो। साडी कोशिश यह होएगी भी असीं उत्थे हर जगह पहुँचीए, जे असीं नहीं पहुँच सकते तो फिर साडी बेनती हुंदी तुहाडे चरणां दे विच भी तुसीं वीडियो बना के सानूं भेज दिओ कि असीं उह पूरी दुनिया दे विच जरूर दिखाउण दी कोशिश करांगे। अखीर दे विच सारिआं नूं प्यार भरी सति श्री अकाल, खुश रहो रब राखा, जीवे पंजाब जीवे पंजाबी, नानक नाम चढ़दी कला तेरे भाणे सरबत दा भला।